जरगो अज आप साढ़े उन्हां शहीदां नूं याद कर रहे हैं जिन्हां ने देश दे लई अपनियां जानां वारियां ने और नाल दी नाल असी उन्हां साढ़े शहीदां दे बजुर्गां नूं भी याद करते हैं जिन्हां ने देश दा पेट भरदिआं और अपनी हक्कां दी लड़ाई लड़दिआं इत्थे दिल्ली दी सरहद ते बैठ के अपनियां जानां कुर्बान कीतियां उन्हां सब दे लई असी अज इत्थे ये जो कैंडल मार्च दा आयोजन कीता है प्रोग्राम कीता है इहदा इक्को ही मकसद है कि असी उन्हां साडे शहीदां नूं उन्हां योधियां नूं याद करदे होए एक प्रण लईए कि किवें उन्हां ने जिहड़ा सुपना लै के तुरे सी देश दी किसानी नूं आजाद करवाउण दा और साडे योधे जिहड़े नौजवान साडे सरहदां दे उत्ते देश दी अखंडता नूं लै के ਆਪਾਂ ਵਾਰਦੇ ਰਹੇ ਨੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਆਪਾਂ ਇੱਕਜੁੱਟ ਹੋ ਕੇ ਇੱਕਜੁੱਟਤਾ ਦਾ ਮਿਸਾਲ ਕਾਇਮ ਕਰਦੇ ਹੋਏ ਉਹਨਾਂ ਦੇ ਰਹਿੰਦੇ ਕਾਸ ਨੂੰ ਪੂਰਾ ਕਰਨ ਦੇ ਲਈ ਪਰਨ ਲਈਏ ਔਰ ਯਾਦ ਕਰੀਏ ਉਹਨਾਂ ਸਾਡੇ ਬਹਾਦਰ ਯੋਧਿਆਂ ਨੂੰ ਜਿਨ੍ਹਾਂ ਨੇ ਸਾਡੇ ਦੇਸ਼ ਦੀ ਏਕਤਾ ਅਖੰਡਤਾ ਦੇ ਨਾਲ ਨਾਲ ਉਹਨਾਂ ਦੇ ਬਜ਼ੁਰਗਾਂ ਨੇ ਦੇਸ਼ ਦੇ ਅੰਨਦਾਤਾ ਨੇ ਦੇਸ਼ ਦਾ ਢਿੱਡ ਭਰਨ ਦੇ ਲਈ ਔਰ ਆਉਣ ਵਾਲੀਆਂ ਨਸਲਾਂ ਲਈ ਉਹਨਾਂ ਨੂੰ ਜਿਉਂਦਿਆਂ ਰੱਖਣ ਦੇ ਲਈ ਇੱਥੇ ਲਗਾਤਾਰ ਸ਼ਾਂਤੀਪੂਰਵਕ ਢੰਗ ਦੇ ਨਾਲ ਅੰਦੋਲਨ ਲੜਦਿਆਂ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਹੈ ਔਰ ਉਹਨਾਂ ਸਾਰਿਆਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਏਗੀ ਕਿ ਉਹਨਾਂ ਦਾ ਅਧੂਰਾ ਰਹਿੰਦਾ ਕਾਸ ਆਪਾਂ ਸਾਰੇ ਇੱਕਜੁੱਟਤਾ ਦੇ ਨਾਲ ਇੱਕ ਹੋ ਕੇ ਪੂਰਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁਲਵਾਮਾ ਦੇ ਸ਼ਹੀਦ ਅਮਰ, ਪੁਲਵਾਮਾ ਦੇ ਸ਼ਹੀਦ ਅਮਰ, ਸੰਯੁਕਤ ਮੋਰਚਾ ਦੇ ਸ਼ਹੀਦ ਅਮਰ, ਸੰਯੁਕਤ ਮੋਰਚਾ ਦੇ ਸ਼ਹੀਦ ਅਮਰ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਲੜਨ ਵਾਲੇ ਲੋਕਾਂ ਦਾ ਏਕਾ ਜਿੰਦਾਬਾਦ, ਲੜਨ ਵਾਲੇ ਲੋਕਾਂ ਦਾ ਏਕਾ ਜਿੰਦਾਬਾਦ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮੁਰਦਾਬਾਦ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮੁਰਦਾਬਾਦ, ਸੰਯੁਕਤ ਮੋਰਚਾ ਜਿੰਦਾਬਾਦ, ਪੁਲਵਾਮਾ ਦੇ ਸ਼ਹੀਦ ਅਮਰ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਮਨਜੀਤ ਸਿੰਘ ਜੀ ਧਨੇਰ, ਸਭਾਈ ਆਗੂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ, ਉਹ ਤੁਹਾਡੇ ਨਾਲ ਆਪਣੇ ਜਿਹੜੇ ਵਿਚਾਰ ਸਾਂਝੇ ਕਰਨਗੇ ਸਰਦਾਰ ਮਨਜੀਤ ਸਿੰਘ ਜੀ ਧਨੇਰ। ਹਾਸਲ ਕਰਨ ਦੇ ਲਈ ਤੇ ਪਾਕਿਸਤਾਨ ਦੇ ਖਿਲਾਫ ਜਨੂਨ ਭਰ ਕੇ ਇਸ ਪੁਲਵਾਮਾ ਦੇ ਨਾਂ ਤੇ
पिछे बैठ जाओ भाई, सारे पिछे बह जाओ, पिछे बह जाओ। पुलवामा के नाते गद्दी हासिल की भाजपा ने, ओदी करतूत नूं लोकां दे विच नंगा करन लई असी भावें उन्हां शहीदां नूं अगे अपने पिंडां विच घरां विच दिलां विच याद करदे सी। अज भी पत्रकार पुछदे सी वी इह नवीं गल क्यों आई है, क्योंकि इतिहास नवां रचिया जा रहा है। इस इतिहास दे विच उन्हां पुलवामा दे शहीदां दा दिन मनाया जाणा भी लिखिया जाऊगा। नवे इतिहास दे विच अज ओह जिहड़े 230 दे लगभग किसान इस संयुक्त मोर्चे दे विच शहीद हो चुके आ, असी उन्हां नूं भी सलूट कीता, उन्हां परिवारां नूं विश्वास दवाउणे भी संयुक्त मोर्चा उन्हां परिवारां दे नाल रहूगा ते नाल इह भी मैं सद्दा देऊंगा जदों मोर्चे लगे होण फिर कुर्बानियां तों घबराई दा नहीं हुंदा। 230 साडे शहीद होए ने, हजे किन्ने नूं शहीद होना पैणा, इह साडे भारत दा पंजाब दा इतिहास पढ़ के देखो। ਇਹ ਮੋਰਚਿਆਂ ਦੇ ਵਿੱਚ ਸ਼ਹੀਦਾਂ ਦੀ ਗਿਣਤੀ ਵੱਧਦੀ ਜਾਂਦੀ ਹੁੰਦੀ ਆ ਤੇ ਆਪਣਾ ਫਰਜ਼ ਬਣਦਾ ਹੈ ਉਹਨਾਂ ਸ਼ਹੀਦਾਂ ਨੂੰ ਸਲਾਮ ਕਰੀਏ, ਉਹਨਾਂ ਸ਼ਹੀਦਾਂ ਦਾ ਸਤਿਕਾਰ ਕਰੀਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਪੁਲਵਾਮਾ ਦੇ ਸ਼ਹੀਦ ਅਮਰ ਰਹਿਣ, ਪੁਲਵਾਮਾ ਦੇ ਸ਼ਹੀਦ ਅਮਰ ਰਹਿਣ। मेरी बेनती आ जिहड़े भी मेरे वीर भैन भरा आ रहे हैं इस मार्च दे विच, उन्हां नूं बेनती आ इत्थे जिथे जगह मिलदी आ वो जगह लैके बैठ जाण पंडाल दे विच। इधर आ रहे मार्च करते हुए वो अगले बने जगह खाली आ, इधर विच भी जगह खाली आ। वलंटियर वीर आ इन्हां नूं भी बेनती आ कि इन्हां नूं एक साइड उधर नूं लंघा के ते अगले बने जगह दित्ती जावे। आंदोलन दे विच हुण मैं बेनती करूंगा प्रतीक ने ਰਜਿੰਦਰ ਸਿੰਘ ਵਾਲਾ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਉਹਨਾਂ ਤੋਂ ਬਾਅਦ ਬਲਵੰਤ ਸਿੰਘ ਜੀ ਬਹਿਰਾਮ ਕੇ ਉਹ ਤਿਆਰ ਰਹਿਣੇ। ਬਹੁਤ ਹੀ ਸਤਿਕਾਰਯੋਗ ਜੁਝਾਰੂ ਸਾਥੀਓ, ਅੱਜ ਆਪਾਂ ਪੁਲਵਾਮਾ ਦੇ ਵਿੱਚ ਉਹਨਾਂ 40 ਕਿਰਤੀਆਂ ਦੇ ਪੁੱਤਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਦੀ ਕੇਂਦਰ ਦੀ ਮੋਦੀ ਸਰਕਾਰ ਨੇ ਅੱਜ ਤੱਕ ਜਾਂਚ ਨਹੀਂ ਕੀਤੀ ਕਿ ਉਹਨਾਂ ਦੀ ਮੌਤ ਦਾ ਕਾਰਨ ਕੀ ਬਣਿਆ, ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਇਸ ਦੇਸ਼ ਜਿਹੜਾ ਨਾਰਾ ਲਾਉਂਦਾ ਰਿਹਾ ਕਿ ਜੈ ਜਵਾਨ ਤੇ ਜੈ ਕਿਸਾਨ, ਉਹ ਜਵਾਨਾਂ ਤੇ ਕਿਸਾਨਾਂ ਦੀਆਂ ਲਾਸ਼ਾਂ ਤੇ ਸਿਆਸਤ ਕਰਨ ਵਾਲੀ ਪਾਰਟੀ ਆ। ਕੱਲ ਹਰਿਆਣੇ ਦਾ ਖੇਤੀਬਾੜੀ ਮੰਤਰੀ ਇਹ ਕਹਿੰਦਾ ਕਿ ਜਿਹੜੇ ਬਾਰਡਰਾਂ ਤੇ ਸਾਡੇ ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਬਾਰੇ ਉਹਦਾ ਬਿਆਨ ਕਿ ਇਹਨਾਂ ਨੇ ਘਰੇ ਵੀ ਮਾਰੀ ਜਾਣਾ ਸੀਗਾ, ਤਾਂ ਉਹਦੇ ਕੋਲ ਗੱਲ ਸਾਫ਼ ਹੁੰਦੀ ਆ ਕਿ ਉਹ ਪੁਲਵਾਮਾ ਚ ਜਿਹੜੇ ਕਿਰਤੀਆਂ ਦੇ ਪੁੱਤਾਂ ਦੀਆਂ ਜਾਨਾਂ ਗਈਆਂ, ਜਿਹੜੇ ਫੌਜ ਦੇ ਵਿੱਚ ਇਸ ਕਰਕੇ ਭਰਤੀ ਹੋਏ ਕਿ ਕੋਈ ਰੁਜ਼ਗਾਰ ਦਾ ਸਾਧਨ ਨਹੀਂ ਹੈ, ਕੋਈ ਲੀਡਰਾਂ ਦੇ ਪੁੱਤ ਨਹੀਂ ਬਾਰਡਰ ਤੇ ਜਾਂਦੇਗੇ ਜਾਂ ਫੌਜ 'ਚ ਭਰਤੀ ਹੁੰਦੇਗੇ, ਉਹ ਆਮ ਗਰੀਬ ਕਿਸਾਨਾਂ ਦੇ ਮਜ਼ਦੂਰਾਂ ਦੇ ਪੁੱਤ ਹੀ ਆ। ਔਰ ਉਹਨਾਂ ਦੀਆਂ ਮੌਤਾਂ ਦੀ ਅੱਜ ਤੱਕ ਜਾਂਚ ਨਹੀਂ ਹੋਈ, ਉਹ ਕਿੱਧਰੋਂ ਆਈ ਗੱਡੀ, ਕਿੱਧਰੋਂ ਆਇਆ RTX, ਅੱਜ ਤੱਕ ਸਰਕਾਰ ਨਹੀਂ ਬੋਲੀ। ਤੇ ਵੋਟਾਂ ਦੇ ਵਿੱਚ ਨਰਿੰਦਰ ਮੋਦੀ ਦਾ ਇਹ ਕਹਿਣਾ ਕਿ ਜਿਹੜੇ ਪਹਿਲੀ ਵਾਰੀ ਵੋਟ ਪਾ ਰਹੇ ਆ ਉਹਨਾਂ ਨੂੰ ਪੁਲਵਾਮਾ ਦੇ ਸ਼ਹੀਦਾਂ ਦੇ ਨਾਂ ਤੇ ਵੋਟ ਪਾਉਣੀ ਚਾਹੀਦੀ ਆ, ਉਹਨਾਂ ਸ਼ਹੀਦਾਂ ਦੇ ਉਹਨਾਂ ਸ਼ਹਾਦਤਾਂ ਦੇ ਨਾਂ ਤੇ ਜਿਹੜੀਆਂ ਵੋਟਾਂ ਮੋਦੀ ਨੇ ਜਿਹੜੀਆਂ ਉਹ ਇਕੱਠੀਆਂ ਕੀਤੀਆਂ ਤੇ ਦੁਬਾਰਾ ਸੱਤਾ ਚ ਆਇਆ। ਬੀਜੇਪੀ ਦੀ ਪੁਰਾਣੀ ਸਿਆਸਤ ਆ, ਭਾਵੇਂ ਉਹ ਕਾਰਗਿਲ ਦਾ ਮਸਲਾ ਹੋਵੇ ਕਿ ਹਰ ਵੇਲੇ ਬਾਰਡਰ ਤੇ ਟੈਂਸ਼ਨ ਕ੍ਰੀਏਟ ਕਰਕੇ ਲੋਕਾਂ ਦੇ ਮਸਲਿਆਂ ਤੋਂ ਧਿਆਨ ਭਟਕਾਉਣਾ ਤੇ ਕਥੋਤੀ ਦੇਸ਼ ਭਗਤੀ ਦਾ ਮਾਹੌਲ ਪੈਦਾ ਕਰਕੇ ਜਿਹੜੀਆਂ ਵੋਟਾਂ ਵਾਲੇ ਡੱਬੇ ਭਰਨੇ।
ਪੁਲਵਾਮਾ ਦੇ ਨਾਂ ਤੇ ਵੀ ਵੋਟਾਂ ਦੇ ਡੱਬੇ ਭਰੇ ਗਏ ਤੇ ਅੱਜ ਤੱਕ ਜਿਹੜੀ ਆ ਉਹ ਜਾਂਚ ਨਹੀਂ ਹੋਈ ਤੇ ਅੱਜ ਅਸੀਂ ਮੰਗ ਕਰਦੇ ਆ ਕਿ ਉਹ ਜਿਹੜੇ 40 ਕਿੱਟੀਆਂ ਦੇ ਪੁੱਤ ਉਹ ਮਾਵਾਂ ਦੇ ਪੁੱਤ ਜਿਹੜੇ ਘਰ ਦੀ ਗਰੀਬੀ ਕੱਢਣ ਵਾਸਤੇ ਫੌਜ ਭਰਤੀ ਹੋਏ ਉਹਨਾਂ ਦੀਆਂ ਮੌਤਾਂ ਦਾ ਜ਼ਿੰਮੇਵਾਰ ਕੌਣ ਆ ਉਹਨਾਂ ਦੀਆਂ ਕੀਮਤੀ ਜਾਨਾਂ ਕੌਣ ਲੈ ਗਿਆ ਅੱਜ ਤੱਕ ਜਾਂਚ ਨਹੀਂ ਹੋਈ ਮੋਦੀ ਹਕੂਮਤ ਤੋਂ ਉਹਦੀ ਜਾਂਚ ਦੀ ਅਸੀਂ ਮੰਗ ਕਰਦੇ ਆ ਔਰ ਇਹ ਬੇਪਰਦ ਹੋ ਚੁੱਕਾ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਉਹਦੇ ਵਿੱਚ ਵੀ ਮੋਦੀ ਹਕੂਮਤ ਦੀਆਂ ਏਜੰਸੀਆਂ ਦਾ ਹੱਥ ਆ ਕੇ ਇੱਕ ਮਾਹੌਲ ਬਣਾ ਕੇ ਵੋਟਾਂ ਲਈਆਂ ਜਾਣ ਇਸ ਕਰਕੇ ਅੱਜ ਉਹਨਾਂ ਨੂੰ ਯਾਦ ਕਰਦੇ ਆ ਇਹਨਾਂ ਦੀ ਸਿਆਸਤ ਜਿਹੜੀ ਹੈਗੀ ਆ ਜਵਾਨ ਤੇ ਕਿਸਾਨ ਦੀ ਮੌਤ ਤੇ ਉਹ ਸਿਆਸਤ ਨੂੰ ਬੇਪਰਦ ਕਰਨ ਦੀ ਲੋੜ ਆ ਤੇ ਜਿਹੜੇ ਸਾਡੀਆਂ ਸਾਡੇ ਬਜ਼ੁਰਗ ਸਾਡੇ ਵੀਰ ਇਸ ਲੜਾਈ ਦੌਰਾਨ ਸ਼ਹੀਦ ਹੋਏ ਆ ਖੇਤੀ ਕਾਨੂੰਨਾਂ ਦੇ ਖਿਲਾਫ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਊਗੀ ਕਿ ਜਵਾਨਾਂ ਤੇ ਕਿਸਾਨਾਂ ਦੀਆਂ ਲਹੂ ਪੀੜੀਆਂ ਸਰਕਾਰ ਦੇ ਖਿਲਾਫ ਇਹ ਲੜਾਈ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਤੱਕ ਔਰ ਮੋਦੀ ਹਕੂਮਤ ਨੂੰ ਕਿਸਾਨਾਂ ਦੀ ਲੱਤ ਹੇਠ ਦੀ ਲਗਾਉਣ ਤੱਕ ਜਿਹੜੀ ਆ ਉਹ ਜਾਰੀ ਰੱਖਣੀ ਚਾਹੀਦੀ ਆ ਤਾਂ ਹੀ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਜਿਹੜਾ ਉਹ ਸਾਰਥਕ ਹੋਊਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਲਵਾਮਾ ਦੇ ਸ਼ਹੀਦ ਅਮਰ ਰਹਿਣ ਪੁਲਵਾਮਾ ਦੇ ਸ਼ਹੀਦ ਅਮਰ ਰਹਿਣ ਸੰਯੁਕਤ ਮੋਰਚਾ ਦੇ ਸ਼ਹੀਦ ਅਮਰ ਰਹਿਣ ਸਮੇਂ ਦੀ ਘਾਟ ਕਾਰਨ ਮੈਂ ਮਾਫੀ ਚਾਹੁੰਦਾ ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸਿਪਾਹੀ ਆਗੂ ਮੁਕੇਸ਼ ਚੰਦਰ ਜੀ ਨੂੰ ਤੇ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਜਾ ਸਕਿਆ ਹੁਣ ਮੈਂ ਬੇਨਤੀ ਕਰਦਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸਿਪਾਹੀ ਆਗੂ ਬਲਵੰਤ ਸਿੰਘ ਜੀ ਬਹਿਰਾਮ ਕੇ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਆਖਿਰਕਾਰ ਜਿਹੜੀਆਂ ਕੌਮਾਂ ਹੁੰਦੀਆਂ ਨੇ ਉਹ ਜ਼ਰੂਰ ਮੁੱਲ ਪਾਉਂਦੀਆਂ ਨੇ ਅੱਜ ਇਹ ਸਿੱਧੂ ਬਾਰਡਰ ਦੀ ਸਟੇਜ ਤੇ ਜੋ ਆਪਾਂ ਸਾਰੇ ਜੁੜ ਕੇ ਪੁਲਵਾਮਾ ਦੇ ਵਿੱਚ ਹੋਏ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ ਜਿਹੜੀ ਹਕੂਮਤ ਸਰਕਾਰ ਨੇ ਉਸ ਪੁਲਵਾਮਾ ਦੇ ਵਿੱਚ ਨੌਜਵਾਨ ਫੌਜੀਆਂ ਨੂੰ ਸ਼ਹੀਦ ਕਰਵਾ ਕੇ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਜੋ ਪੱਤਾ ਖੇਡਿਆ ਸੀ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆ ਇੱਕ ਨਾ ਇੱਕ ਦਿਨ ਇਹਨਾਂ ਨੂੰ ਖਮਿਆਜਾ ਇਸ ਸਰਕਾਰ ਨੂੰ ਭੁਗਤਣਾ ਪਏਗਾ ਪਾਪੀ ਪਾਪ ਕਮਾਉਣ ਦੇ ਕਰਦੇ ਹਾਏ ਹਾਏ ਇਹ ਤੁਸੀਂ ਦੇਖਿਆ ਜੇ ਜਿਸ ਤਰ੍ਹਾਂ ਅੱਜ ਅੰਨਦਾਤਾ ਇਹਨਾਂ ਸੜਕਾਂ ਤੇ ਬੈਠਾ ਹੋਇਆ ਔਰ ਇਸੇ ਹੀ ਤਰ੍ਹਾਂ ਉਹਨਾਂ ਪੁਲਵਾਮਾ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਅੱਜ ਇਹ ਅੰਨਦਾਤਾ ਨਹੀਂ ਪੂਰੇ ਦੇਸ਼ ਦੇ ਹਰ ਧਰਮ ਦੇ ਲੋਕ ਸ਼ਰਧਾ ਦੇ ਫੁੱਲ ਕੈਂਡਲ ਮਾਰਚ ਦੇ ਰੂਪ ਵਿੱਚ ਦੇ ਰਹੇ ਹਨ ਸੋ ਅਸੀਂ ਅੱਜ ਵੀ ਇਸ ਦੀ ਹਕੂਮਤ ਸਰਕਾਰ ਨੂੰ ਪੁਰ ਜ਼ੋਰ ਅਪੀਲ ਕਰਦੇ ਹਾਂ ਕਿ ਅਜੇ ਵੀ ਮੌਕਾ ਅਜੇ ਤਾਂ ਸ਼ਹੀਦਾਂ ਦੀਆਂ ਯਾਦਾਂ ਬਣਾਈਆਂ ਜਾ ਰਹੀਆਂ ਨੇ ਕੋਈ ਦਿਨ ਐਸਾ ਆਵੇਗਾ ਜੇਕਰ ਮੋਦੀ ਦੇ ਔਰ ਬੀਜੇਪੀ ਦੀ ਸਰਕਾਰ ਨੇ ਆਪਣਾ ਹੈਂਕੜ ਰਵੱਈਆ ਪਿੱਛੇ ਨਾ ਹਟਾਇਆ ਤੇ ਇਹਦਾ ਖਮਿਆਜਾ ਵੀ ਬੜੀ ਵੱਡੀ ਪੱਧਰ ਤੇ ਭੁਗਤਣਾ ਪਏਗਾ ਜਿਸ ਤਰ੍ਹਾਂ ਕਿ ਪੰਜਾਬ ਵਿੱਚ ਨਹੀਂ ਪੂਰੇ ਦੇਸ਼ ਦੇ ਕੋਨੇ ਕੋਨੇ ਵਿੱਚ ਬੀਜੇਪੀ ਦੇ ਆਗੂਆਂ ਨੂੰ ਭੁਗਤਣਾ ਪੈ ਰਿਹਾ ਹੈ ਸੋ ਅੱਜ ਅੰਤ ਵਿੱਚ ਇਹੋ ਗੱਲ ਕਹਾਂਗਾ ਕਿ ਜੋ ਲੋਕ ਇਸ ਕੌਮ ਤੋਂ ਆਪਣੀਆਂ ਸ਼ਹੀਦੀਆਂ ਦਿੰਦੀਆਂ ਹਨ ਉਹ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਨੇ ਜਿਹੜੇ ਵੀ ਸ਼ਹੀਦ ਉਹ ਜਾਨਾਂ ਮਾਰ ਜਾਂਦੇ ਨੇ ਉਹਨਾਂ ਦੀਆਂ ਕੌਮਾਂ ਮੁੱਲ ਪਾਉਂਦੀਆਂ ਨੇ ਜਿਸ ਤਰ੍ਹਾਂ ਆਪ ਸਿੰਘੂ ਬਾਰਡਰ ਤੇ ਅੱਜ ਆਪਾਂ ਮੁੱਲ ਪਾਉਂਦੇ ਪਿਆ ਔਰ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਮੈਂ ਬੇਨਤੀ ਕਰਾਂਗਾ ਜਿੰਨੀ ਵੀ ਸੰਗਤ ਇੱਥੇ ਸਿੰਘੂ ਬਾਰਡਰ ਦੀ ਸਟੇਜ ਜਾਂ ਮੰਚ ਤੇ ਬਿਰਾਜਮਾਨ ਆਦੀ ਸਰਕਾਰ ਤੇ ਪ੍ਰਧਾਨ ਸੰਗਤ ਬੈਠੀ ਹੋ ਉੱਚੀ ਆਵਾਜ਼ ਦੇ ਵਿੱਚ ਇਹ ਜਿਕਰਾ ਲਾਉਣਾ ਕਿ ਮੋਦੀ ਦੀਆਂ ਜਿਹੜੀ ਕੋਠੀ ਵਿੱਚ ਰਹਿੰਦਾ ਉਹਦੀਆਂ ਨੀਆਂ ਨੂੰ ਹਲਾ ਕੇ ਰੱਖ ਦੇ ਬੋਲੇ ਇਨਸਾਨ ਹਰ ਮੋਦੀ ਸਰਕਾਰ ਕਾਲੇ ਕਾਨੂੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜਿਵੇਂ ਕਿ ਆਪਾਂ ਸਭ ਨੂੰ ਪਤਾ ਲੱਗ ਹੀ ਚੁੱਕਿਆ ਹੈ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਪੁਲਵਾਮਾ ਹਮਲੇ ਦੇ ਵਿੱਚ ਸ਼ਹੀਦ ਹੋਏ ਅਤੇ ਜਿਹੜੇ ਸਾਡੇ ਇੱਥੇ ਕਿਸਾਨੀ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਕਿਸਾਨ ਨੇ ਉਹਨਾਂ ਦੀ ਯਾਦ ਵਿੱਚ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਇੱਥੇ ਸੰਗਤਾਂ ਸਾਰੀ ਮੋਰਚਿਆਂ 'ਤੇ ਜਿਵੇਂ ਆਪਾਂ ਸ਼ਿੰਗੂ 'ਤੇ ਵੇਖ ਰਹੇ ਹਾਂ, ਇਸੇ ਤਰ੍ਹਾਂ ਟਿਕਰੀ 'ਤੇ ਪੰਜਾਬ ਹਰਿਆਣਾ ਦੇ ਸਮੇਤ ਦੇਸ਼ ਦੇ ਵੱਖ ਵੱਖ ਜਗ੍ਹਾ ਦੇ ਉੱਤੇ ਇਸੇ ਤਰ੍ਹਾਂ ਕੈਂਡਲ ਮਾਰਚ ਕਰਕੇ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਆ। ਅਤੇ ਨਾਲ ਹੀ ਨਾਲ ਸੈਂਟਰ ਦੀ ਜਿਹੜੀ ਬੀਜੇਪੀ ਸਰਕਾਰ ਹੈ ਉਹਨੂੰ ਇਹ ਸੰਕੇਤ ਦੇ ਰਹੇ ਆ ਕਿ ਜਿਹੜੀਆਂ ਤੁਸੀਂ ਸ਼ਹੀਦਾਂ ਦੇ ਉੱਤੇ ਸਿਆਸਤ ਕਰਦੇ ਹੋ ਤੁਹਾਡੇ ਲਈ ਉਹ ਬਹੁਤ ਗਲਤ ਰਸਤੇ ਨੇ ਅਤੇ ਉਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਗਲਤ ਰਸਤੇ ਅਖਤਿਆਰ ਕਰਨੇ ਉਹ ਬੰਦ ਕਰਦੇ ਨੇ। ਆਪਾਂ ਥੋੜ੍ਹੇ ਹੀ ਸਮੇਂ ਦੇ ਵਿੱਚ ਆਪਾਂ ਵੇਖਦੇ ਆਪਾਂ ਸਿੱਧੂਪੁਰ ਬੀ ਕੇ ਯੂ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਜੀ ਡੱਲਿਆਂ ਨਾਲ ਗੱਲਬਾਤ ਕਰਾਂਗੇ। ਓਕੇ ਮੈਂ ਇੱਕ ਨਾਰਾ ਲਾਊਂਗਾ, ਬੇਨਤੀ ਹੈ ਕਿ ਆਪਾਂ ਕੈਂਡਲ ਮਾਰਚ ਕੀਤਾ ਕੈਂਡਲ ਉੱਪਰ ਚੁੱਕ ਕੇ ਕਰਨਾ ਆਪਣਾ ਰਾਸ, ਕਿਉਂਕਿ ਸਨੈਪਸ ਵਗੈਰਾ ਬਣਿਆ ਪੁਲਵਾਮਾ ਦੇ। ਹਾਂਜੀ ਮਾਫੀ ਚਾਹੁੰਦੇ ਹਾਂ, ਥੋੜ੍ਹਾ ਜਿਹਾ ਜਗਜੀਤ ਸਿੰਘ ਡੱਲੇਵਾਲ ਜੀ ਨਾਲ ਗੱਲਬਾਤ ਨਹੀਂ ਹੋ ਸਕੀ ਹੈਗੀ। ਆਪਾਂ ਮਨਜੀਤ ਧਨੇਰ ਜੀ ਨਾਲ ਗੱਲ ਕਰਦੇ ਹਾਂ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮੁਰਦਾਬਾਦ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮੁਰਦਾਬਾਦ। ਦੁਆਬਾ ਕਿਸਾਨ ਕਮੇਟੀ ਦੇ ਸੂਬਾਈ ਆਗੂ ਸਰਦਾਰ ਜਗਵੀਰ ਸਿੰਘ ਜੀ ਤੋਂ ਪੁਲਵਾਮਾ ਦੇ ਜਿਹੜੇ ਸ਼ਹੀਦ ਹੋਏ ਆ ਤੇ ਸਾਡੇ ਕਿਸਾਨੀ ਸ਼ਹੀਦਾਂ ਦੇ ਯਾਦ ਦੇ ਵਿੱਚ ਜਿਹੜਾ ਅੱਜ ਦਿਨ ਕੈਂਡਲ ਮਾਰਚ ਕਰਕੇ ਮਨਾ ਰਹੇ ਆ, ਤੁਸੀਂ ਉਹਦੇ ਬਾਰੇ ਕੀ ਕਹੋਗੇ? ਅਸੀਂ ਸਾਡੇ ਜਿਹੜੇ ਪੁਲਵਾਮਾ ਦੇ ਵਿੱਚ 40 ਦੇ ਲਗਭਗ ਜਵਾਨਾਂ ਨੂੰ ਬੇਦੋਸ਼ਿਆਂ ਨੂੰ ਸ਼ਹੀਦ ਕਰਵਾਇਆ ਸੀ ਏਜੰਸੀਆਂ ਦੀ ਚਾਲ ਰਾਹੀਂ। ਜਦੋਂ ਭਾਜਪਾ ਸਰਕਾਰ ਨੇ ਗੱਦੀ 'ਤੇ ਬੈਠਣਾ ਸੀ ਅਸੀਂ ਉਹਦਾ ਥੋਥ ਨੂੰ ਨੰਗਾ ਕੀਤਾ, ਜਿਨ੍ਹਾਂ ਨੇ ਨਾ ਮਾਰਿਆ ਸੀ। RDX ਦਾ ਹਮਲਾ ਹੋਇਆ, ਅੱਜ ਤੱਕ ਉਹ RDX ਕਿੱਥੋਂ ਆਈ ਸੀ ਉਹ ਜਾਂਚ ਨਹੀਂ ਹੋ ਸਕੀ। ਸਾਡੇ ਉਹ ਪਿਆਰੇ ਪੁੱਤ ਜਿਹੜੇ ਪੁਲਵਾਮਾ ਦੇ ਵਿੱਚ ਸਾਡੇ ਕਿਸਾਨਾਂ ਮਜ਼ਦੂਰਾਂ ਨੇ ਬੱਚਿਆਂ ਨੂੰ ਸ਼ਹੀਦ ਕਰਾਇਆ, ਸਾਨੂੰ ਉਹਨਾਂ ਦਾ ਪਿਆਰ ਹੈ, ਅਸੀਂ ਉਹਨਾਂ ਨਾਲ ਆਪਦਾ ਪਿਆਰ ਸਾਂਝਾ ਕੀਤਾ। ਅਤੇ ਦੂਜੇ ਪਾਸੇ ਮੋਦੀ ਸਰਕਾਰ ਨੂੰ ਜਿਹੜੀ ਉਸ ਪੁਲਵਾਮਾ ਦੇ ਨਾਂ 'ਤੇ ਵੋਟਾਂ ਮੰਗ ਕੇ ਰਾਜਗੱਦੀ 'ਤੇ ਬੈਠੀ ਸੀ ਉਹ ਲੋਕਾਂ 'ਚ ਨੰਗੀ ਕੀਤੀ ਹੈ। ਤੀਜਾ ਜਿਹੜਾ ਸਾਡਾ ਚੱਲਦਾ ਸੰਯੁਕਤ ਮੋਰਚਾ, ਸੰਯੁਕਤ ਕਿਸਾਨ ਮੋਰਚਾ, ਇਹਦੇ 200 ਜਿਹੜੇ 30 ਕਿਸਾਨ ਸ਼ਹੀਦ ਹੋ ਚੁੱਕੇ ਹੈ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਇੱਕ ਹੋਰ ਸਵਾਲ ਹੈ ਕਿ ਜਿਹੜੀ ਬੀਜੇਪੀ ਸਰਕਾਰ ਹੈ ਉਹਨਾਂ ਲਈ ਸ਼ਹੀਦਾਂ ਦਾ ਮਤਲਬ ਕੁਛ ਹੋਰ ਹੈ, ਚਾਹੇ ਉਹ ਵੋਟਾਂ ਲੈਣਾ ਹੋਵੇ ਜਾਂ ਸਿਆਸਤ ਕਰਨਾ ਹੋਵੇ। ਆਪਾਂ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਸੰਸਦ ਭਵਨ ਦੇ ਵਿੱਚ ਜਦੋਂ ਕਾਂਗਰਸ ਪਾਰਟੀ ਵੱਲੋਂ ਸ਼ਹੀਦਾਂ ਨੂੰ ਕਿਸਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਖੜ੍ਹੇ ਹੋਣ ਦੀ ਮੰਗ ਅਤੇ ਮੋਣ ਦੀ ਮੰਗ ਕੀਤੀ ਗਈ ਸੀ, ਉੱਥੇ ਬੀਜੇਪੀ ਦੇ ਲੀਡਰਾਂ ਨੇ ਬੜਾ ਹੀ ਗਲਤ ਵਿਹਾਰ ਕੀਤਾ ਉਹਨਾਂ ਨਾ ਹੀ ਉਹਨਾਂ ਨੇ ਉਸ ਸਮੇਂ ਦੇ ਉੱਪਰ ਮੋਣ ਵਰਤ ਰੱਖਿਆ ਨਾ ਖੜ੍ਹੇ ਹੋਏ। ਅਤੇ ਇਸੇ ਤਰ੍ਹਾਂ ਕੱਲ੍ਹ ਹੀ ਇੱਕ ਬੀਜੇਪੀ ਦੇ ਆਗੂ ਨੇ ਹਰਿਆਣੇ ਦੇ ਵਿੱਚ ਕਿਸਾਨਾਂ ਦੇ ਸ਼ਹੀਦਾਂ ਦਾ ਬੜੇ ਗਲਤ ਸ਼ਬਦਾਂ ਦੇ ਨਾਲ ਨਿਰਾਦਰ ਕੀਤਾ, ਉਹਦੇ 'ਤੇ ਤੁਸੀਂ ਕੀ ਕਹੋਗੇ? ਅਸੀਂ ਇਹ ਗੱਲ ਕਹਾਂਗੇ ਜਿਹੜੇ ਸੰਸਦ ਭਵਨਾਂ ਦੇ ਵਿੱਚ ਬੈਠੇ ਆ ਮੰਤਰੀ ਬਣੇ ਹੋਏ ਆ ਉਹਨਾਂ ਦੇ ਪੁੱਤ ਸਰਹੱਦਾਂ 'ਤੇ ਨਹੀਂ ਲੜਦੇ, ਉਹਨਾਂ ਦੇ ਪੁੱਤ ਖੇਤੀ ਨਹੀਂ ਕਰਨ ਵਾਲੇ ਸਰਹੱਦਾਂ 'ਤੇ ਸ਼ਹੀਦ ਹੋਣ ਵਾਲੇ ਸਾਡੇ ਪੁੱਤ ਨੇ ਕਿਸਾਨਾਂ ਮਜ਼ਦੂਰਾਂ ਦੇ, ਉਹਨਾਂ ਨੂੰ ਕੋਈ ਉਹਨਾਂ ਦਾ ਤਰਸ ਨਹੀਂ, ਉਹ ਉਹਨਾਂ ਨਾਲ ਧੋਖਾ ਕਰ ਰਹੇ ਆ, ਉਹਨਾਂ ਦਾ ਮੂੰਹ ਪਾਕਿਸਤਾਨ ਕੰਨੀ ਨੂੰ ਚੀਨ ਕੰਨੀ ਨੂੰ ਕਰਵਾਇਆ ਹੋਇਆ, ਪਰ ਅੰਦਰੋਂ ਮੁਲਕ ਵੇਚ ਰਹੇ ਨੇ, ਆਪ ਸੰਸਦ ਦੇ ਵਿੱਚ ਬਹਿ ਕੇ ਮੁਲਕ ਨੂੰ ਵੇਚ ਰਹੇ ਨੇ। ਸਾਡੇ ਜਿਹੜੇ ਜਵਾਨ ਪੁੱਤ ਕਿਸਾਨਾਂ ਮਜ਼ਦੂਰਾਂ ਦੇ ਉਹਨਾਂ ਨੂੰ ਬਾਰਡਰਾਂ 'ਤੇ ਸ਼ਹੀਦ ਕਰਵਾ ਰਹੇ ਨੇ, ਉਹ ਸ਼ਹੀਦਾਂ ਨਾਲ ਧੋਖਾ ਹੀ ਕਰਦੇ ਆਏ ਨੇ ਅਤੇ ਧੋਖਾ ਹੀ ਕਰਦੇ, ਸਤਿਕਾਰ ਨਹੀਂ ਹੈ। ਜਿਸ ਤਰ੍ਹਾਂ ਮਨਜੀਤ ਧਨੇਰ ਜੀ ਨੇ ਦੱਸਿਆ ਕਿ ਜਿਹੜੇ ਜਿਹੜੇ ਸਵਾਲ ਆਪਣੇ ਮਨਾਂ ਦੇ ਵਿੱਚ ਪੈਦਾ ਹੁੰਦੇ ਆ ਕਿ ਉਹ ਉੱਥੇ ਪੁਲਵਾਮਾ ਦੇ ਵਿੱਚ RDX ਕਿੱਥੋਂ ਆਈ ਅਤੇ ਉਹ ਹਮਲਾ ਇਲੈਕਸ਼ਨ ਤੋਂ ਇੱਕਦਮ ਪਹਿਲਾਂ ਕਿਵੇਂ ਹੋਇਆ ਜਾਂ ਫਿਰ ਉਸ ਦੀ ਜਾਂਚ ਦੇ ਵਿੱਚ ਹਜੇ ਤੱਕ ਕੋਈ ਨਤੀਜੇ ਕਿਉਂ ਨਹੀਂ ਨਿਕਲੇ ਹੈਗੇ। ਇਸੇ ਤਰ੍ਹਾਂ ਹੁਣ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਇਸ ਚੱਲਦੇ ਸੰਘਰਸ਼ ਦੇ ਦੌਰਾਨ ਕਦੇ ਵੀ ਨਾ ਤਾਂ ਮੋਦੀ ਸਰਕਾਰ ਵੱਲੋਂ ਕਿਸੇ ਮੁੱਖ ਨੁਮਾਇੰਦੇ ਨੇ ਨਾ ਹੀ
ਸਾਡੇ ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਮੋਦੀ ਨੇ ਉਹਨਾਂ ਵੱਲੋਂ ਅਤੇ ਨਾ ਹੀ ਉਹਨਾਂ ਦੇ ਮੰਤਰੀ ਮੰਡਲ ਵੱਲੋਂ ਕਿਉਂ ਨਹੀਂ ਹਜੇ ਤੱਕ ਕੋਈ ਸੰਵੇਦਨਾ ਦੇ ਸ਼ਬਦ ਉਹਨਾਂ ਸ਼ਹੀਦਾਂ ਦੇ ਲਈ ਆਪਣੇ ਜ਼ਬਾਨ ਦੇ ਵਿੱਚੋਂ ਉਹਨਾਂ ਨੇ ਕਿਉਂ ਨਹੀਂ ਕੱਢੇ ਹਜੇ ਤੱਕ। ਅਮਰ ਸ਼ਹੀਦਾਂ ਦਾ ਪੈਗਾਮ, ਨਾਰਾ ਲਾਉਣਾ ਜਾਰੀ ਰੱਖਣਾ ਹੈ ਸੰਗਰਾਮ। ਆਪਾਂ ਅੱਜ ਉਸ ਸੰਗਰਾਮ ਦੇ ਅੰਦਰ ਯੁੱਧ ਕਰ ਰਹੇ ਹਾਂ ਅਤੇ ਹਨੇਰਿਆਂ ਦੀ ਫਿੱਕ ਚੀਰ ਰਹੇ ਹਾਂ। ਤੁਸੀਂ ਮੋਮਬੱਤੀਆਂ ਦੇ ਸੰਦੇਸ਼ ਦੇ ਨਾਲ ਮੈਂ ਫਿਰ ਦੁਬਾਰਾ ਨਾਰਾ ਲਾਊਂਗਾ, ਅਮਰ ਸ਼ਹੀਦਾਂ ਦਾ ਪੈਗਾਮ, ਅਮਰ ਸ਼ਹੀਦਾਂ ਦਾ ਪੈਗਾਮ, ਅਮਰ ਸ਼ਹੀਦਾਂ ਦਾ ਪੈਗਾਮ। ਪੁਲਵਾਮਾ ਦੇ ਸ਼ਹੀਦ ਅਮਰ ਰਹਿਣ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮੁਰਦਾਬਾਦ। ਮੈਂ ਨਾਰਾ ਲਾਊਂਗਾ ਕਿ ਬੱਚਾ ਬੱਚਾ ਝੂਕ ਦਿਆਂਗੇ ਅਤੇ ਤੁਸੀਂ ਕਹਿਣਾ ਮੋਦੀ ਦੀ ਮੰਜੀ ਠੋਕ ਦਿਆਂਗੇ, ਬੱਚਾ ਬੱਚਾ ਝੋਕ ਦਿਆਂਗੇ, ਬੱਚਾ ਬੱਚਾ ਝੋਕ ਦਿਆਂਗੇ। ਸੰਯੁਕਤ ਮੋਰਚੇ ਦੇ ਸ਼ਹੀਦ ਅਮਰ ਰਹਿਣ, ਸੰਯੁਕਤ ਮੋਰਚੇ ਦੇ ਸ਼ਹੀਦ ਅਮਰ ਰਹਿਣ। ਹੁਣ ਮੈਂ ਬੇਨਤੀ ਕਰੂੰਗਾ ਕਿਰਤੀ ਕਿਸਾਨ ਯੂਨੀਅਨ ਦੇ ਸਿਪਾਹੀ ਆਗੂ ਰਿਛਪਾਲ ਸਿੰਘ ਜੀ, ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਰਹੇ। ਬਹੁਤ ਹੀ ਸਤਿਕਾਰ ਸਾਡੇ ਨਾਲ ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਮੁਕੇਸ਼ ਜੀ ਨੇ, ਜਿਹੜੇ ਤੁਸੀਂ ਵੇਖਿਆ ਹੋਊਗਾ ਕਿ ਮਹਾਰਾਸ਼ਟਰ ਦੇ ਮੁੰਬਈ ਦੇ ਵਿੱਚ ਵੀ ਇਹ ਪ੍ਰਚਾਰ ਦੇ ਲਈ ਗਏ ਸੀ ਜਾਂ ਹੋਰ ਵੱਖ ਵੱਖ ਜਗ੍ਹਾ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਦੇ ਅੰਡਰ ਇਹਨਾਂ ਨੂੰ ਤੁਸੀਂ ਜਾਂਦੇ ਹੋਏ ਵੇਖਿਆ ਹੋਏਗਾ। ਆਪਾਂ ਹੁਣ ਅੱਜ ਦੇ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜਿਹੜਾ ਅੱਜ ਦਾ ਇਹ ਕੈਂਡਲ ਮਾਰਚ ਸੰਯੁਕਤ ਮੋਰਚੇ ਦੀ ਕਾਲ ਤੇ ਦਿੱਤਾ ਗਿਆ ਹੈ, ਅੱਜ ਤੋਂ 2 ਸਾਲ ਪਹਿਲਾਂ ਜਿਹੜੇ ਪੁਲਵਾਮਾ ਦੇ ਵਿੱਚ ਸਾਡੇ 40 ਜਵਾਨ ਸ਼ਹੀਦ ਹੋਏ ਸੀ, ਸ਼ਹੀਦਾਂ ਦਾ ਮੁੱਲ ਵਟਣ ਦੇ ਲਈ 210 ਦੇ ਕਰੀਬ ਸਾਡੇ ਸੰਯੁਕਤ ਮੋਰਚੇ ਦੇ ਵਿੱਚ ਕਿਸਾਨ ਸ਼ਹੀਦ ਹੋ ਚੁੱਕੇ ਆ, ਉਹਨਾਂ ਸ਼ਹੀਦਾਂ ਨੂੰ ਨਮਨ ਹੋਣ ਲਈ ਅੱਜ ਇਹ ਕੈਂਡਲ ਮਾਰਚ ਕੱਢਿਆ ਗਿਆ ਹੈ। ਅੱਜ ਪੂਰੇ ਦੇਸ਼ ਵਿੱਚ ਕੈਂਡਲ ਮਾਰਚ ਕੱਢ ਕੇ ਜਿੱਥੇ ਉਹ ਸ਼ਹੀਦਾਂ ਨੂੰ ਅਸੀਂ ਨਮਨ ਕੀਤਾ, ਉਹਨਾਂ ਨੂੰ ਨਮਸਕਾਰ ਕੀਤਾ, ਉਹਨਾਂ ਦੀ ਯਾਦ ਨੂੰ ਅਸੀਂ ਤਾਜ਼ਾ ਰੱਖਿਆ, ਨਾਲ ਹੀ ਅਸੀਂ ਸਰਕਾਰ ਦੇ ਜਿਹੜਾ ਕਾਲੇ ਕਾਨੂੰਨ ਕੀਤੇ ਆ ਉਹਦੇ ਸੰਬੰਧ ਵਿੱਚ ਅੱਜ ਇਹ ਵੀ ਦੱਸਿਆ ਵੀ ਇਹਨੂੰ ਰੱਦ ਕਰਾਉਣ ਲਈ ਪੂਰਾ ਦੇਸ਼ ਪੂਰੀ ਤਰ੍ਹਾਂ ਇੱਕ ਮੁੱਠ ਆ ਤੇ ਕਾਲੇ ਕਾਨੂੰਨ ਰੱਦ ਕਰਾਉਣ ਤੱਕ ਸਾਰਾ ਦੇਸ਼ ਇਕੱਠਾ ਹੋ ਕੇ ਏਦਾਂ ਹੀ ਸੰਘਰਸ਼ ਕਰਦਾ ਰਹੂਗਾ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਜਦੋਂ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ, ਤੇ ਮੋਦੀ ਹਕੂਮਤ ਦੀ ਜਿਹੜੀ ਨੀਤੀ ਆ ਉਹਨੂੰ ਵੀ ਇੱਥੇ ਨੰਗਾ ਕਰ ਰਹੇ ਹਾਂ ਵੀ ਜੇ ਬੰਦੇ ਦੇ ਪੁੱਤ ਹੁੰਦੇ ਤੇ ਆ ਸਾਡਾ 200-250 ਕਿਸਾਨ ਜਿਹੜਾ ਇਸ ਮੋਰਚੇ 'ਚ ਸ਼ਹੀਦ ਹੋਇਆ ਉਹ ਨਹੀਂ ਸੀ ਹੋਣਾ। ਜਿਹੜੇ ਸਾਡੇ ਨਾਲ ਇੱਥੇ ਸ਼ੰਗੂ ਬਾਰਡਰ ਦੇ ਉੱਤੇ ਤੁਸੀਂ ਵੇਖਿਆ ਹੋਏਗਾ ਕਿ ਬਹੁਤ ਸਾਰੇ ਪਰਿਵਾਰ ਪਹੁੰਚਦੇ ਆ, ਬੱਚੇ ਪਹੁੰਚਦੇ ਆ, ਸਾਡੇ ਨਾਲ ਇੱਕ ਛੋਟਾ ਜਿਹਾ ਬੱਚਾ ਹੈ ਅਤੇ ਅਸੀਂ ਜੋ ਕੈਂਡਲ ਮਾਰਚ ਦੇ ਵਿੱਚ ਸ਼ਾਮਿਲ ਹੋਏ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਬੱਚੇ ਕੀ ਨਾਂ ਹੈ ਤੁਹਾਡਾ? ਪ੍ਰਭਗੁਣ ਸਿੰਘ। ਪ੍ਰਭਗੁਣ ਸਿੰਘ ਜੀ, ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਜੀ ਵਾਗੀਆਂ ਦੇ ਜ਼ਿਲ੍ਹੇ ਮੁਕਤਸਰ ਸਾਹਿਬ। ਅੱਛਾ, ਮੁਕਤਸਰ ਸਾਹਿਬ ਤੋਂ ਆਏ ਹੋ। ਅੱਛਾ, ਅਤੇ ਕਿਹਦੇ ਨਾਲ ਆਏ ਹੋ ਤੁਸੀਂ? ਆਪਦੇ ਮੰਮੀ ਡੈਡੀ ਨਾਲ। ਅੱਛਾ, ਹਾਂਜੀ। ਅੱਜ ਜਿਹੜਾ ਆਪਾਂ ਇੱਥੇ ਪੁਲਵਾਮਾ ਦੇ ਵਿੱਚ ਸ਼ਹੀਦ ਹੋਏ ਅਤੇ ਆਪਣੇ ਜਿਹੜੇ ਕਿਸਾਨ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਸ਼ਹੀਦ ਨੇ ਉਹਨਾਂ ਦੀ ਯਾਦ ਦੇ ਵਿੱਚ ਕੈਂਡਲ ਮਾਰਚ ਕਰ ਰਹੇ ਹਾਂ, ਤੁਸੀਂ ਵੀ ਇਹਦੇ ਵਿੱਚ ਸ਼ਾਮਿਲ ਹੋਏ ਹੋ, ਕੀ ਤੁਸੀਂ ਕਹਿਣਾ ਚਾਹੋਗੇ ਉਹਦੇ ਬਾਰੇ? ਕਿ ਜਿਹੜੇ ਵੀ ਹੁਣ ਘਰੇ ਬੈਠੇ ਹੈ ਜਿਹਨਾਂ ਨੂੰ ਕੋਈ ਕੰਮ ਨਹੀਂ ਹੈਗਾ ਉਹ ਦਿੱਲੀ ਆ ਕੇ ਸਾਡੇ ਨਾਲ ਰਹਿਣ
ਸਰਕਾਰ ਨਾਲ ਕਰਨ ਤੇ ਸਾਨੂੰ ਸਮਝੌਤਾ ਦੇਣ ਤੇ ਸਾਡੀ ਨਾਲ ਮਦਦ ਕਰਨ ਸਾਡੀ ਤੇ ਅਸੀਂ ਕਿਸਾਨ ਨੂੰ ਜਿੱਤ ਕੇ ਛੇਤੀ ਛੇਤੀ ਘਰੇ ਜਾਈ। ਬੜਾ ਸੋਹਣਾ ਮੈਸੇਜ ਦਿੱਤਾ। ਕਿੰਨੀ ਉਮਰ ਹੈ ਤੁਹਾਡੀ ਜੀ? 9 ਸਾਲ। ਅੱਛਾ, ਤੁਸੀਂ ਪਹਿਲੀ ਵਾਰ ਆਏ ਹੋ ਜਾਂ ਪਹਿਲਾਂ ਵੀ ਆਏ ਹੋ? ਜੀ ਪਹਿਲੀ ਵਾਰ ਆਏ ਹਾਂ। ਅੱਛਾ, ਪਹਿਲੀ ਵਾਰ ਇੱਥੇ ਆ ਕੇ ਕਿਵੇਂ ਲੱਗ ਰਿਹਾ ਤੁਹਾਨੂੰ? ਕਿਵੇਂ ਦਾ ਲੱਗ ਰਿਹਾ, ਕਿਵੇਂ ਕੀ ਮਹਿਸੂਸ ਕੀਤਾ ਤੁਸੀਂ, ਜਾਂ ਕਿੰਨੀ ਇੱਥੇ ਸੰਗਤ ਹੈ, ਜਾਂ ਤੁਹਾਡੇ ਵਰਗੇ ਕਿੰਨੇ ਹੋਰ ਬੱਚੇ ਤੁਹਾਨੂੰ ਇੱਥੇ ਮਿਲੇ? ਬੱਚੇ ਦਾ ਘੱਟ ਮਿਲੇ ਪਰ ਸੰਗਤ ਬਹੁਤ ਜ਼ਿਆਦਾ ਹੈ, ਰੌਣਕਾਂ ਬਹੁਤ ਜਾਂਦੀਆਂ, ਸਾਡਾ ਇੱਥੇ ਬਹੁਤ ਮਨ ਲੱਗਿਆ ਜੀ। ਵੇਖੋ ਛੋਟੇ ਜਿਹੇ ਬੱਚੇ ਨੇ ਜਿਵੇਂ ਦੋ ਮੈਸੇਜ ਦਿੱਤੇ ਆਪਾਂ ਨੂੰ, ਜਿਹੜੇ ਘਰਾਂ ਦੇ ਵਿੱਚ ਹਜੇ ਵਿਹਲੇ ਬੈਠੇ ਆ, ਕੋਈ ਮੇਰੀ ਉਮਰ ਦੇ ਹੋਣੇ ਆ ਜਾਂ ਨੌਜਵਾਨ ਹੋਣੇ ਆ ਜਾਂ ਸਾਡੇ ਵੱਡੇ ਹੋਣੇ ਆ, ਤੁਸੀਂ ਇਹਨਾਂ ਬੱਚਿਆਂ ਤੋਂ ਬਹੁਤ ਕੁਝ ਸਿੱਖ ਸਕਦੇ ਹੋ। ਆਪਾਂ ਨੂੰ ਸ਼ਾਇਦ ਪਰਿਵਾਰ, ਮੇਰੇ ਸਮੇਤ ਸਾਡੇ ਪਰਿਵਾਰ ਵੀ ਕਹਿ ਦਿੰਦੇ ਆ ਕਿ ਹਾਂ ਉੱਥੇ ਹੋ ਸਕਦਾ ਕੋਈ ਖਤਰਾ ਹੋਵੇ। ਜਦੋਂ ਇਹਦੇ ਜਿਹੜੇ ਛੋਟੇ ਛੋਟੇ ਬੱਚੇ ਆ ਸਕਦੇ ਆ ਤਾਂ ਵੱਡੇ ਕਿਉਂ ਨਹੀਂ ਆ ਸਕਦੇ ਹੈਗੇ? ਆਪਾਂ ਜਿੰਨੀ ਜ਼ਿਆਦਾ ਤਾਦਾਦ ਦੇ ਵਿੱਚ ਇੱਥੇ ਸ਼ਮੂਲੀਅਤ ਵਧਾਵਾਂਗੇ ਓਨੀ ਹੀ ਇਹ ਲੜਾਈ ਸੌਖੀ ਹੋ ਜਾਏਗੀ। ਹਾਂਜੀ ਬੱਚੇ, ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਇੱਥੇ ਆਉਣ ਲਈ ਵੀ ਧੰਨਵਾਦ ਤੁਹਾਡਾ। ਪੁਲਵਾਮਾ ਦੇ ਸ਼ਹੀਦ ਅਮਰ ਰਹਿਣ, ਪੁਲਵਾਮਾ ਦੇ ਸ਼ਹੀਦ ਅਮਰ ਰਹਿਣ, ਸੰਯੁਕਤ ਮੋਰਚੇ ਦੇ ਸ਼ਹੀਦ ਅਮਰ ਰਹਿਣ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਭਾਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ, ਲੜਨ ਵਾਲੇ ਲੋਕਾਂ ਦਾ ਏਕਾ ਜਿੰਦਾਬਾਦ। ਹੁਣ ਮੈਂ ਬੇਨਤੀ ਕਰੂੰਗਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਸੁਖਵਿੰਦਰ ਸਿੰਘ ਜੀ ਤੁੱਲੇਵਾਲ, ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਤੁੱਲੇਵਾਲ ਸ਼ਹੀਦਾਂ ਕੀ ਚਿਤਾਓਂ ਪੇ ਲਗੇਂਗੇ ਹਰ ਬਰਸ ਮੇਲੇ, ਵਤਨ ਪੇ ਮਰਨੇ ਵਾਲੋਂ ਕਾ ਯਹੀ ਬਾਕੀ ਨਿਸ਼ਾ ਹੋਗਾ। ਭਰਾਵੋ ਇਹਨਾਂ ਇਹ ਜਿਹੜੀ ਫਾਸੀਵਾਦੀ ਮੋਦੀ ਸਰਕਾਰ ਹੈ, ਇਹ ਸਾਡੀ ਆ ਕਿਸਾਨਾਂ ਅਤੇ ਜਵਾਨਾਂ ਨੂੰ ਸ਼ਹੀਦ ਕਰਾਉਣ ਹੀ ਨਹੀਂ ਹੋਈ ਆ ਭਰਾਵੋ। ਪਹਿਲਾਂ ਸਾਡੇ ਪਰ ਇੱਕ ਸਾਲ ਹੋ ਗਿਆ ਪੁਲਵਾਮਾ 'ਚ 41 ਸ਼ਹੀਦ ਕਰਵਾਏ, ਜਵਾਨ ਸ਼ਹੀਦ ਕਰਵਾਏ ਨੇ, ਅਤੇ 250 ਜਿਹੜਾ ਕਿਸਾਨ ਸੰਯੁਕਤ ਮੋਰਚੇ 'ਚ ਸ਼ਹੀਦ ਹੋਇਆ ਹੈ, ਇਹ ਵੀ ਮੋਦੀ ਸਰਕਾਰ ਦੀ ਦੇਣ ਹੈ ਭਰਾਵੋ। ਇਸ ਕਰਕੇ ਇਸ ਫਾਸੀਵਾਦੀ ਸਰਕਾਰ ਨੂੰ ਚੱਲਦਾ ਕਰਨ ਲਈ, ਅੱਜ ਹਨੇਰਾ ਦੂਰ ਕਰਨ ਲਈ ਅੱਜ ਆਪਾਂ ਕੈਂਡਲ ਮਾਰਚ ਕਰਨ ਲੱਗੇ ਹਾਂ ਭਰਾਵੋ। ਇਹ ਜਿਹੜੀਆਂ ਫਾਸੀਵਾਦੀ ਨਾਦਰਸ਼ਾਹੀ ਸਰਕਾਰਾਂ ਇਹ ਨਹੀਂ ਰਹਿੰਦੀਆਂ, ਕਿਉਂਕਿ ਆ ਪਿਛਲਾ ਇਤਿਹਾਸ ਫਰੋਲ ਲਓ, ਜਿਵੇਂ ਅਬਦਾਲੀ ਨਹੀਂ ਰਿਹਾ, ਨਾਦਰਸ਼ਾਹ ਨਹੀਂ ਰਿਹਾ, ਅਤੇ ਹਿਟਲਰ ਨਹੀਂ ਰਿਹਾ, ਅਤੇ ਰਹਿਣਾ ਮੋਦੀ ਨੇ ਵੀ ਨਹੀਂ। ਇਸ ਕਰਕੇ ਅੱਜ ਕੈਂਡਲ ਮਾਰਚ ਦਾ ਇਹੀ ਹੈ ਜੇ ਆਪ ਜਿੱਥੇ ਅਸੀਂ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ, ਉੱਥੇ ਜਿਹੜੀ ਆ ਫਾਸੀਵਾਦ ਦੀ ਸਰਕਾਰ, ਮੋਦੀ ਸਰਕਾਰ ਆ, ਇਹਦੇ ਐਂਡ ਲਈ ਬਈ ਇਹ ਕੈਂਡਲ ਮਾਰਚ ਕਰਨ ਲੱਗੇ ਹਾਂ, ਕਿਉਂਕਿ ਇਹਨੇ ਬੜਾ ਹਨੇਰਾ ਕੀਤਾ, ਹਨੇਰਾ ਦੂਰ ਕਰਨ ਲਈ ਅੱਜ ਕੈਂਡਲ ਮਾਰਚ ਕਰ ਰਹੇ ਹਾਂ, ਅਤੇ ਜਿੱਥੇ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ, ਉੱਥੇ ਹੀ ਇਸ ਜਿਹੜੀ ਫਾਸੀਵਾਦੀ ਸਰਕਾਰ ਆ ਇਹਦੇ ਜਿਹੜੇ ਕਾਰਨ ਮੈਂ ਕਰਦੀ ਆ ਉਹਦੀ ਘੋਰ ਨਿੰਦਾ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦੋ ਤੁਹਾਡੀ ਸੋਚ ਤੇ ਅਮਰ ਸ਼ਹੀਦਾਂ ਦਾ ਪੈਗਾਮ, ਸ਼ਹੀਦੋ ਤੁਹਾਡੀ ਸੋਚ ਤੇ, ਸ਼ਹੀਦੋ ਤੁਹਾਡੇ ਕਾਜ ਅਧੂਰੇ ਲਾ ਕੇ ਜਿੱਤਣੀਆਂ ਕਰਾਂਗੇ ਪੂਰੇ। ਜਿਵੇਂ ਕਿ ਅਸੀਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਮਾਫੀ ਚਾਹਾਂਗੇ, ਉਦੋਂ ਗੱਲ ਹੋ ਨਹੀਂ ਸੀ ਪਾਈ। ਹੁਣ ਆਪਾਂ ਉਹੀ ਸਵਾਲ ਲੈ ਕੇ ਜਗਜੀਤ ਸਿੰਘ ਡੱਲੇਵਾਲ ਜੀ ਨਾਲ ਗੱਲਬਾਤ ਕਰਾਂਗੇ ਕਿ ਇਹ ਜਿਹੜਾ ਅੱਜ ਕੈਂਡਲ ਮਾਰਚ ਹੈ, ਇਹਦਾ ਕੀ ਮਕਸਦ ਲੈ ਕੇ ਆਪਾਂ ਆਏ ਹਾਂ ਅਤੇ ਕੀ ਸਰਕਾਰ ਨੂੰ ਸੰਕੇਤ ਦੇਣੇ ਆਪਾਂ ਜੀ। ਸਤਿ ਸ਼੍ਰੀ ਅਕਾਲ ਜੀ।
ਆਪਾਂ ਜਿਹੜਾ ਅੱਜ ਕੈਂਡਲ ਮਾਰਚ ਕੀਤਾ ਹੈ ਇਹ ਜਿਹੜਾ ਪੁਲਵਾਮਾ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਅਤੇ ਆਪਣੇ ਕਿਸਾਨ ਸੰਘਰਸ਼ ਦੇ ਵਿੱਚ ਯਾਦ ਦੇ ਵਿੱਚ ਆਪਾਂ ਇਹਦੇ ਨਾਲ ਕੀ ਸਰਕਾਰ ਦੇ ਉੱਤੇ ਕਿੱਦਾਂ ਦੇ ਸਰਕਾਰ ਨੂੰ ਸੰਕੇਤ ਜਾਣਗੇ? ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਅਸੀਂ ਸਰਕਾਰ ਨੂੰ ਅੱਜ ਸਰਕਾਰ ਨੰਗੀ ਹੋਈ ਹੈ ਕਿ ਅੱਜ ਤੱਕ ਪੁਲਵਾਮਾ ਦੇ ਜਿਹੜੇ ਸਾਡੇ ਜਵਾਨ ਸ਼ਹੀਦ ਹੋਏ ਨੇ ਉਹਨਾਂ ਦੀ ਇਨਕੁਆਇਰੀ ਨਹੀਂ ਸਰਕਾਰ ਕਰਾ ਸਕੀ। ਇਹ ਗੱਲ ਸਪਸ਼ਟ ਕਰਦੀ ਹੈ ਕਿ ਸਾਡੀ ਸਰਕਾਰ ਸਾਡੇ ਜਵਾਨਾਂ ਪ੍ਰਤੀ ਕਿੰਨੀ ਕੁ ਸੰਜੀਦਾ ਹੈ। ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਗੱਲ ਹੈ। ਔਰ ਉਸ ਤੋਂ ਅਗਲੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਦੇਖੋ ਸਾਡੇ ਕਿਸਾਨ ਲਗਭਗ 225 ਕਿਸਾਨ ਸ਼ਹੀਦ ਹੋ ਜਾਂਦੇ ਹੈ। ਜਦੋਂ 225 ਕਿਸਾਨ ਸ਼ਹੀਦ ਹੋ ਜਾਣ ਉਸ ਵੇਲੇ ਉਹਨਾਂ ਕਿਸਾਨਾਂ ਪ੍ਰਤੀ ਇਹ ਕਹਿਣਾ ਕਿ ਸਾਨੂੰ ਪਤਾ ਹੀ ਨਹੀਂ, ਸਾਡੇ ਕੋਲ ਰਿਕਾਰਡ ਹੀ ਨਹੀਂ, ਮੈਂ ਕਹਿੰਦਾ ਇਹ ਕਿੰਨੀ ਸਰਕਾਰ ਦੀ ਸੰਜੀਦਗੀ ਹੈ ਇਹ ਸਭ ਨੂੰ ਛੱਡਿਆ ਤੇ ਇਹਨਾਂ ਨੇ ਆਰਮੀ ਦੇ ਸਾਡੇ ਜਵਾਨਾਂ ਨੂੰ ਨਹੀਂ ਛੱਡਿਆ। ਅੱਜ ਦੋ ਕਾਰਪੋਰੇਟ ਘਰਾਣਿਆਂ ਦੀ ਗੱਲ ਕਰਦੇ ਹਾਂ, ਦੋ ਕੁ ਸਾਲ ਪਹਿਲਾਂ ਇਹਨਾਂ ਨੇ ਆਰਮੀ ਦੇ ਨਾਂ ਤੇ ਕਰੋੜਾਂ ਰੁਪਈਆਂ ਦੀ ਠੱਗੀ ਮਾਰੀ, ਹਜ਼ਾਰਾਂ ਕਰੋੜਾਂ ਰੁਪਈਆਂ ਦੀ ਫਾਇਲ ਦੇ ਜਿਹੜੇ ਇਹਨਾਂ ਨੇ ਜਾਬਰੀ ਦੇ ਸੀ ਉਹਨਾਂ ਦੀ ਤਕਰੀਰ ਸੁਣਾਂਗੇ। ਜੇ ਕਿਸਾਨ ਨੂੰ ਵੀ ਕੁਛ ਵੀ ਸਮਝਦੇ ਅੱਜ ਤੇ ਇਹ ਸਾਡੇ ਜਵਾਨਾਂ ਨੂੰ ਵੀ ਕੁਛ ਨਹੀਂ ਸਮਝਦੇ, ਮਗਰ ਮੱਛਦੇ ਹੰਝੂ ਨੇ ਜਿਹੜੇ ਉੱਥੇ ਮੋਦੀ ਦੇ ਨਿਕਲਦੇ ਨੇ, ਇਹ ਦਿਖਾਉਣ ਨੂੰ ਹੋਰ ਤੇ ਵਿਖਾਉਣ ਨੂੰ ਹੋਰ ਤੇ ਕਰਨ ਨੂੰ ਹੋਰ। ਇਹਨਾਂ ਨੂੰ ਚੰਗੀ ਤਰ੍ਹਾਂ ਇਸ ਗੱਲ ਤੋਂ ਇਹ ਜਾਣੂ ਸਨ ਕਿ ਅਸੀਂ ਇਹ ਪ੍ਰੋਗਰਾਮ ਰੱਖਿਆ ਹੋਇਆ ਸ਼ਹੀਦਾਂ ਦੀ ਸ਼ਰਧਾਂਜਲੀ ਨੂੰ ਲੈ ਕੇ, ਤੇ ਜਿਹੜਾ ਕੱਲ ਹਰਿਆਣੇ ਦਾ, ਮੈਂ ਕਦੀ ਕਿਸੇ ਦੇ ਖਿਲਾਫ ਨਹੀਂ ਬੋਲਦਾ, ਮਾੜਾ ਸ਼ਬਦ ਨਹੀਂ ਯੂਜ਼ ਕਰਦਾ, ਬਟ ਉਸ ਬੰਦੇ ਵਾਸਤੇ ਮੈਂ ਹਰਾਮ ਖੋਰ ਦਾ ਸ਼ਬਦ ਯੂਜ਼ ਕਰੂੰਗਾ ਜਿਹੜਾ ਹਰਿਆਣੇ ਦਾ ਖੇਤੀਬਾੜੀ ਮੰਤਰੀ ਹੈ ਤੇ ਕੱਲ ਮੀਡੀਆ ਦੇ ਵਿੱਚ ਹੱਸ ਹੱਸ ਕੇ ਬਿਆਨ ਦੇ ਰਿਹਾ ਵੀ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਸ਼ਹੀਦ ਨਹੀਂ ਹੋਏ, ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਵੀ ਮਰਨਾ ਸੀ, ਜੇ ਹੁਣ ਮਰ ਗਏ ਤੇ ਫਿਰ ਕੀ ਹੋ ਗਿਆ? ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ, ਇਦਾਂ ਦੀਆਂ ਕੋਝੀਆਂ ਹਰਕਤਾਂ ਤੇ ਉੱਤਰ ਆਏ ਨੇ। ਜੇ ਇਹਨਾਂ ਨੇ ਸਾਡੇ ਜਵਾਨਾਂ ਦਾ ਸੌਦਾ ਕੀਤਾ ਤੇ ਅੱਜ ਇਹ ਸਾਡੇ ਕਿਸਾਨੀ ਦਾ ਵੀ ਸੌਦਾ ਕਰ ਰਹੇ ਨੇ। ਮੇਰੇ ਭਰਾਵੋ, ਸ਼ਾਂਤਮਈ ਰਹਿ ਕੇ ਇਸੇ ਤਰੀਕੇ ਨਾਲ ਹੀ ਇਹਨਾਂ ਦੀਆਂ ਜੜ੍ਹਾਂ ਹਿਲਾਵਾਂਗੇ, ਇਹਨਾਂ ਦੀ ਇੱਟ ਦੇ ਨਾਲ ਇੱਟ ਵਜਾਵਾਂਗੇ। ਤੁਹਾਡਾ ਏਕਾ ਸਭ ਤੋਂ ਜ਼ਰੂਰੀ ਹੈ, ਤੁਹਾਡਾ ਏਕਾ ਜਿਹੜਾ ਇਹਨਾਂ ਵਾਸਤੇ ਸਭ ਤੋਂ ਵੱਡਾ ਚੈਲੰਜ ਬਣਿਆ ਹੋਇਆ ਹੈ, ਸਭ ਤੋਂ ਵੱਡਾ ਚੈਲੰਜ ਤੁਹਾਡਾ ਸ਼ਾਂਤਮਈ ਰਹਿਣਾ ਬਣਿਆ ਹੋਇਆ ਹੈ। ਜੇ ਅੱਜ ਅਸੀਂ ਸ਼ਾਂਤਮਈ ਹਾਂ ਤੇ ਸਰਕਾਰ ਦੀ ਨੀਂਦ ਹਿੱਲੀ ਪਈ ਹੈ। ਬਹੁਤ ਸਾਰੇ ਮੇਰੇ ਵੀਰ ਬੜੇ ਤਰੀਕੇ ਦੀਆਂ ਪੋਸਟਾਂ ਪਾਉਂਦੇ ਨੇ, ਬਦਨਾਮ ਕਰਦੇ ਨੇ, ਬੜਾ ਕੁਛ ਕਰਦੇ ਨੇ, ਪਰ ਮੈਂ ਭਰਾਵੋ ਤੁਹਾਨੂੰ ਇਹ ਕਹਿਣਾ ਚਾਹੁੰਦਾ, ਸ਼ਾਂਤਮਈ ਰਹੋ, ਸ਼ਾਂਤਮਈ ਰਹਿ ਕੇ ਜਿੱਤਾਂਗੇ। ਜਿਹੜੇ ਲੀਡਰਸ਼ਿਪ ਨੂੰ ਗੁੰਮਰਾਹ ਕਰਨ ਤੇ ਲੱਗੇ ਨੇ, ਲੀਡਰਸ਼ਿਪ ਨੂੰ ਬਦਨਾਮ ਕਰਨ ਤੇ ਲੱਗੇ ਨੇ, ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ, ਭਰਾਵੋ ਜਿਹੜੇ ਲੱਖਾਂ ਕਿਸਾਨ ਇੱਥੇ ਟਰਾਲੀਆਂ ਦੇ ਥੱਲੇ ਸੌਂਦੇ ਨੇ, ਟਰਾਲੀਆਂ ਦੇ ਵਿੱਚ ਸੌਂਦੇ ਨੇ, ਬਾਥਰੂਮ ਜਾਣ ਨੂੰ ਤੰਗੀ ਹੈ, ਉਹਨਾਂ ਦਾ ਧਿਆਨ ਕਰ ਲਓ, ਉਹਨਾਂ ਦੀ ਸ਼ਰਮ ਕਰ ਲਓ। ਜੇ ਅੱਜ ਲੀਡਰਸ਼ਿਪ ਨੂੰ ਤੁਸੀਂ ਬਦਨਾਮ ਕਰੋਗੇ ਨਾ, ਇਹਦਾ ਮਤਲਬ ਤੁਸੀਂ ਹਰ ਕਿਸੇ ਨੂੰ ਬਦਨਾਮ ਕਰ ਰਹੇ ਹੋ। ਸਤਿ ਸ੍ਰੀ ਅਕਾਲ। ਬਾਕੀ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ, ਬੜੇ ਤਰੀਕੇ ਨਾਲ ਵਾਰ ਕੀਤੇ ਜਾਂਦੇ ਨੇ, ਮੈਂ ਆਈਟੀ ਸੈੱਲ ਦਾ ਹੈੱਡ ਵੀ ਹਾਂ, ਕਿਸਾਨ ਆਈਟੀ ਸੈੱਲ ਨੂੰ ਚਲਾ ਰਿਹਾ ਕਿਸਾਨ ਏਕਤਾ ਮੋਰਚੇ ਨੂੰ। ਕਿਸੇ ਵੀ ਤਰੀਕੇ ਦਾ ਅਪਡੇਟ ਚਾਹੀਦਾ, ਕਿਸੇ ਵੀ ਤਰੀਕੇ ਦੀ ਕੋਈ ਗੱਲ ਹੈ, ਕਿਸੇ ਆਗੂ ਦਾ ਫੋਨ ਨਹੀਂ ਲੱਗਦਾ, ਅਸੀਂ ਨੰਬਰ ਇਸ਼ੂ ਕੀਤੇ ਨੇ, ਮੈਨੂੰ ਫੋਨ ਕਰੋ, ਆਈਟੀ ਸੈੱਲ ਨੂੰ ਫੋਨ ਕਰੋ, ਵਟਸਐਪ 'ਤੇ ਮੈਸੇਜ ਭੇਜੋ, ਹਰ ਗੱਲ ਦਾ ਜਵਾਬ ਦੇਵਾਂਗੇ। ਕਿਸੇ ਨੂੰ ਬਦਨਾਮ ਕਰਨ ਤੋਂ ਪਹਿਲਾਂ ਉਹਦਾ ਜਵਾਬ ਲੈਣਾ ਬਹੁਤ ਜ਼ਰੂਰੀ ਹੈ। ਸਾਡੇ ਬੜੇ ਵਿਦਵਾਨ ਨੇ ਜਿਹੜੇ ਅੱਜ ਬਦਨਾਮ ਕਰਦੇ ਲੱਗੇ ਹੋਏ ਨੇ, ਪਰ ਜਦੋਂ ਅਸੀਂ ਉਹਨਾਂ ਨੂੰ ਬੁਲਾਉਂਦੇ ਹਾਂ ਬਹਿ ਕੇ ਗੱਲ ਕਰੋ ਤੇ ਮੂੰਹ ਨਹੀਂ ਕਰਦੇ। ਮੈਂ ਸਬੂਤਾਂ ਦੇ ਨਾਲ ਪੇਸ਼ ਕਰ ਸਕਦਾ ਜਿਹੜੇ ਅੱਜ ਸਭ ਤੋਂ ਵੱਧ ਸਾਨੂੰ ਬਦਨਾਮ ਕਰ ਰਹੇ ਨੇ। ਜੇ ਅੱਜ ਇੱਥੇ ਲੱਖਾਂ ਕਿਸਾਨ ਬੈਠੇ ਨੇ, ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਬੈਠੇ ਨੇ, ਆਪ ਮਹਾਰੇ ਆਏ ਨੇ, ਜਨ ਅੰਦੋਲਨ ਬਣਿਆ, ਪਰ ਇਹਦੀ ਯਾਦ ਰੱਖੋ, ਜੇ ਸਰਕਾਰ ਦੇ ਨਾਲ ਗੱਲਬਾਤ ਕਰਨੀ ਹੈ, ਜੇ ਸਰਕਾਰ ਨੂੰ ਝੁਕਾਉਣਾ ਹੈ, ਅੱਜ ਰਾਜੇਵਾਲ ਜੀ ਨੂੰ ਬਦਨਾਮ ਕੀਤਾ ਜਾਂਦਾ, ਸਰਕਾਰ ਦੇ ਕੋਲ ਉਹਨਾਂ ਦੀਆਂ ਗੱਲਾਂ ਦਾ ਜਵਾਬ ਨਹੀਂ ਆਉਂਦਾ ਜਦੋਂ ਗੱਲ ਪੁੱਛਦੇ ਨੇ। ਵਿਸ਼ਵਾਸ ਬਣਾ ਕੇ ਰੱਖੋ, ਕੋਈ ਨੀ ਗੱਲ ਆ, ਪੰਜਾਬ ਜਾ ਕੇ ਨਿਬੇੜ ਲਾਂਗੇ, ਜਿੰਨਾ ਮਰਜ਼ੀ ਬਦਨਾਮ ਕਰ ਲਿਓ, ਜਿੰਨਾ ਮਰਜ਼ੀ ਸਾਡੇ ਖਿਲਾਫ਼ ਬੋਲ ਲਿਓ, ਪਰ ਅੱਜ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣ ਦੀ ਲੋੜ ਹੈ। ਸਤਿ ਸ੍ਰੀ ਅਕਾਲ। ਮੈਂ ਭਰਾਵੋ ਇਹੋ ਬੇਨਤੀ ਕਰਦਾ, ਇਹ ਸਰਕਾਰ ਬਹੁਤ ਨਖੇਧ ਹੈ, ਇਹਨਾਂ ਨੇ ਸਾਨੂੰ ਵੇਚਿਆ ਸਿਰਫ ਦੋ ਘਰਾਣਿਆਂ ਦੇ ਕਰਕੇ,
इन्हां ने साडा डिफेंस भी वेचिया सीगा इसे घराने दे करके अंबानिया दे करके हजार हजार करोड़ दो दो हजार करोड़ एक एक जहाज के पिछे इन्होंने खाता है। सो वीरों यह मोदी के उपर दबाव बनाना है दबाव बना के रखना है ता जो इन झुकना पवे झुकया तो पहला ही बस थोड़ा जहा मूँह शब्द कढ़न की लोड़ है। साड़ी जथेबंदियां खड़िया ने पूरी स्टैंड ने डट के इन्हों का मुकाबला करनगियां। सो किसी भी तरीके की निराश होने की लोड़ नहीं डट के इत्थे आओ साडे नौजवान वीर डट के आउण ते असी इह सरकार नूं चुका सकीए। एंड ते मैं इहो गल कहांगा कि वीरो साडे जो शहीद होए ने किसान जो साडे पुलवामा दे विच वीर शहीद होए ने साडे जवान साडा नारा है जय जवान जय किसान। असीं उन्हां दीआं शहीदियां नूं व्यर्थ नहीं जाण देवांगे। जे उन्हां दीआं शहीदियां नूं व्यर्थ असीं जाण दित्ता ते सारी जिंदगी हिस्टरी दे विच साडे न्याणे साडे पोते ये क्या करनगे ओह तुसीं दिल्ली की करन गए सी तुसीं तां साडी शहीदियां दा मुल्ल वी नहीं मोड़ सके। सो वध तों वध सहयोग दिओ ਤਾਂ ਜੋ ਸਾਡੇ ਸ਼ਹੀਦ ਹੋਏ ਕਿਸਾਨ ਸਾਡੇ ਜਵਾਨ ਉਹਨਾਂ ਦੀਆਂ ਸ਼ਹੀਦੀਆਂ ਵਿਅਰਥ ਨਾ ਜਾਣ ਤੇ ਅਸੀਂ ਇਹ ਸਰਕਾਰ ਦੇ ਗੋਡੇ ਲਵਾ ਕੇ ਫਿਰ ਘਰਾਂ ਨੂੰ ਜਾਈਏ ਤੇ ਆਪਣੇ ਬਿੱਲ ਵਾਪਸ ਕਰਾ ਕੇ ਘਰਾਂ ਨੂੰ ਜਾਈਏ। ਜੈ ਜਵਾਨ ਜੈ ਜਵਾਨ ਜੈ ਜਵਾਨ। ਧੰਨਵਾਦ। ਪੁਲਵਾਮਾ ਦੇ ਸ਼ਹੀਦ ਅਮਰ ਰਹਿਣ। ਪੁਲਵਾਮਾ ਦੇ ਸ਼ਹੀਦ ਅਮਰ ਰਹਿਣ। ਸੰਯੁਕਤ ਮੋਰਚਾ ਦੇ ਸ਼ਹੀਦ ਅਮਰ ਰਹਿਣ। ਸੰਯੁਕਤ ਮੋਰਚਾ ਦੇ ਸ਼ਹੀਦ ਅਮਰ ਰਹਿਣ। ਲੜਨ ਵਾਲੇ ਲੋਕਾਂ ਦਾ ਆਏਗਾ ਜਿੰਦਾਬਾਦ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮੁਰਦਾਬਾਦ। ਹੁਣ ਮੈਂ ਬੇਨਤੀ ਕਰੂੰਗਾ ਸਾਡੇ ਕੋਲ ਨੌਜਵਾਨ ਵਲੰਟੀਅਰਾਂ ਦੇ ਵਿੱਚੋਂ ਇੱਕ ਬਹੁਤ ਜ਼ਿੰਮੇਵਾਰ ਨੌਜਵਾਨ ਇੱਥੇ ਸਟੇਜ 'ਤੇ ਪਹੁੰਚਿਆ ਅੰਮ੍ਰਿਤਪਾਲ ਸਿੰਘ। ਮੈਂ ਕਹੂੰਗਾ ਕਿ ਉਹ 2 ਮਿੰਟ ਲਈ ਤੁਹਾਡੇ ਨਾਲ ਆਪਣੇ ਜਿਹੜੇ ਵਿਚਾਰ ਸਾਂਝੇ ਕਰਨਗੇ। ਇਸ ਤੋਂ ਇਲਾਵਾ ਕੋਈ ਹਰਿਆਣੇ ਦਾ ਕਿਸਾਨ ਆਗੂ ਇੱਥੇ ਪਹੁੰਚਿਆ ਹੋਵੇ ਤਾਂ ਉਹਨੂੰ ਵੀ ਬੇਨਤੀ ਆ ਸਫਾਈ ਆਗੂ ਨੂੰ ਕਿ ਉਹ 2 ਮਿੰਟ ਲਈ ਆਪਣੇ ਵਿਚਾਰ ਜਿਹੜੇ ਇੱਥੇ ਸਾਂਝੇ ਕਰ ਸਕਦੇ ਹਰਿਆਣੇ ਵਾਲੇ ਸਾਥੀਆਂ 'ਚੋਂ ਜੇ ਕੋਈ ਪਹੁੰਚਿਆ ਹੋਵੇ ਤਾਂ। ਅੰਮ੍ਰਿਤਪਾਲ ਸਿੰਘ ਜੀ ਮੇਰੇ ਤੋਂ ਪਹਿਲਾਂ ਇੱਥੇ ਸਟੇਜ ਦੇ ਉੱਤੇ ਬੜੇ ਹੀ ਸੂਝਵਾਨ ਅਤੇ ਸੀਨੀਅਰ ਆਗੂ ਆਪਾਂ ਆਪਣੇ ਵਿਚਾਰ ਦੇ ਕੇ ਗਏ ਆ ਅਤੇ ਹਾਲਾਂਕਿ ਮੈਂ ਉਨੀ ਸਮਝ ਨਹੀਂ ਰੱਖਦਾ ਹੈਗਾ ਪਰ ਮੇਰੇ ਅਚਾਨਕ ਦਿਮਾਗ ਦੇ ਵਿੱਚ ਆਇਆ ਕਿ ਮੈਨੂੰ ਵੀ ਅੱਜ ਕੁਛ ਇੱਥੇ 1-2 ਜ਼ਰੂਰੀ ਗੱਲਾਂ ਕਰਨੀਆਂ ਚਾਹੀਦੀਆਂ ਨੇ। ਵੇਖੋ ਜਿਵੇਂ ਬਲਜੀਤ ਬਾਈ ਜੀ ਨੇ ਦੱਸਿਆ ਕੱਲ੍ਹ ਜਿਹੜਾ ਹਰਿਆਣੇ ਦੇ ਖੇਤੀਬਾੜੀ ਮੰਤਰੀ ਨੇ ਸਾਡੇ ਸ਼ਹੀਦਾਂ ਦਾ ਜੋ ਅਪਮਾਨ ਕੀਤਾ ਹੈ ਉਹਨੂੰ ਆਪਾਂ ਨੂੰ ਇੰਨੇ ਸੌਖੇ ਤਰੀਕੇ ਨਾਲ ਜਾਂ ਇੰਨੇ ਠੰਡੇ ਤਰੀਕੇ ਨਾਲ ਨਹੀਂ ਲੈਣਾ ਚਾਹੀਦਾ। ਪਹਿਲਾਂ ਇਹਨਾਂ ਨੇ ਪੁਲਵਾਮਾ ਦੇ ਵਿੱਚ ਸ਼ਹੀਦ ਜਵਾਨਾਂ ਨੂੰ ਸ਼ਹੀਦ ਕਰਾਇਆ ਫਿਰ ਉਹਨਾਂ ਦੇ ਸਿਰਾਂ ਦੇ ਉੱਤੇ ਸਿਆਸਤ ਕਰਕੇ ਇਹਨਾਂ ਨੇ ਇਲੈਕਸ਼ਨ ਜਿੱਤੇ ਅਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਇਹਨਾਂ ਦੀਆਂ ਪੋਲਾਂ ਖੁੱਲਦੀਆਂ ਗਈਆਂ ਅੱਜ ਤੋਂ 1-1.5 ਮਹੀਨਾ ਪਹਿਲਾਂ ਸ਼ਾਇਦ ਆਪਾਂ ਸਾਰਿਆਂ ਨੂੰ ਹੀ ਪਤਾ ਹੋਊਗਾ ਜਿਹੜਾ ਇੱਥੇ ਐਂਕਰਾਂ ਦੇ ਵਿੱਚ ਗੋਦੀ ਮੀਡੀਆ ਦਾ ਐਂਕਰ ਹੈ ਇੱਕ ਜਿਹੜਾ ਬੜਾ ਹੀ ਇੱਥੇ ਟੱਪਦਾ ਹੁੰਦਾ ਸਟੇਜਾਂ ਦੇ ਉੱਤੇ ਜਾਂ ਫਿਰ ਆਪਣੇ ਟੀਵੀ ਦੇ ਉੱਤੇ ਪੁੱਛਦਾ ਹੈ ਭਾਰਤ ਪੁੱਛਦਾ ਹੈ ਭਾਰਤ ਅਰਨਵ ਗੋਸਵਾਮੀ ਸਾਰਿਆਂ ਨੇ ਹੀ ਆਪਾਂ ਨੇ ਉਹਨੂੰ ਸੁਣਿਆ ਹੋਊਗਾ ਉਹਦੀ ਇੱਕ ਚੈਟ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਸਾਫ਼ ਸਾਫ਼ ਉਹਦੇ 'ਚੋਂ ਸੰਕੇਤ ਮਿਲਦੇ ਸੀ ਕਿ ਪੁਲਵਾਮਾ ਦਾ ਹਮਲਾ ਜਿਹੜਾ ਸਰਕਾਰ ਦਾ ਆਪਦਾ ਔਰਗਨਾਈਜ਼ ਕਰਾਇਆ ਹੋਇਆ ਸੀਗਾ ਅਤੇ ਉਸ ਤੋਂ ਬਿਨਾਂ ਵੀ ਬੜੇ ਇੱਦਾਂ ਦੇ ਸਬੂਤ ਮਿਲੇ ਨੇ ਜਿਹੜੇ ਸਿੱਧੇ ਦੇ ਸਿੱਧੇ ਸੰਕੇਤ ਦਿੰਦੇ ਨੇ ਕਿ BJP ਸਰਕਾਰ ਨੇ ਇਹ ਬਹੁਤ ਸਾਰੇ ਕੰਮ ਕਰਵਾਏ ਆ ਇਲੈਕਸ਼ਨਾਂ ਦੇ ਨੇੜੇ ਇਲੈਕਸ਼ਨਾਂ ਨੂੰ ਜਿੱਤਣ ਦੇ ਲਈ ਬੜੇ ਹੀ ਘਟੀਆ ਕੰਮ ਕਰਵਾਏ ਆ। ਇਸੇ ਤਰ੍ਹਾਂ ਹੁਣ ਵੀ 2-3 ਦਿਨ ਪਹਿਲਾਂ ਇੱਕ ਇੰਸੀਡੈਂਟ ਹੋਇਆ ਸੰਸਦ ਦੇ ਵਿੱਚ ਵਿਰੋਧੀ ਧਿਰ ਸਾਡੇ ਜਿਹੜੇ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਖੜੇ ਹੋਏ ਉਹ ਕਿਹਾ ਤਾਂ ਆਪਾਂ ਸਾਰੇ ਖੜੇ ਹੋਈਏ ਕਿਸਾਨ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਈਏ। ਪਰ BJP ਵਾਲਿਆਂ ਨੇ ਇੰਨੀ ਉੱਥੇ ਮਾੜੀਆਂ ਗਲਤ ਹਰਕਤਾਂ ਕੀਤੀਆਂ ਵਿੱਚ ਬੋਲਦੇ ਰਹੇ ਕੋਈ ਕਿਸੇ ਨੇ ਸੰਜੀਦਗੀ ਨਾਲ ਨਹੀਂ ਲਿਆ ਹੈਗਾ ਇਹਨਾਂ ਚੀਜ਼ਾਂ ਨੂੰ ਕਿਸਾਨਾਂ ਦੇ ਨਾਲ ਨਾਲ ਹੋਰ ਵੀ ਜਿਹੜੇ ਲੋਕ ਨੇ ਵੇਖੋ ਪਹਿਲਾਂ ਕਦੇ ਕਦੇ ਜੰਮੂ ਕਸ਼ਮੀਰ
की वारी आ जाती है, कदे आसाम की वारी आ जाती है, हुण किसानां की वारी आई हुई है। ये ना समझो ये सरकार किसानां दे उत्ते रुक जूगी। जदों किसान रब ना करे जे सानू इन्होंने दब लिया जां कुचल लिया तां साडे बाद दे विच वारी सारयां दी आउणी है। ये पहला पाड़दे आ, फिर ये वख करदे आ, फिर ये नाम दिंदे आ कदे अंदोलन जीवियां दा, कदे टुकड़े टुकड़े गैंगां दा, ते इसे तरह ये राजनीति रचदे आ। मैं किसान तां इत्थे जाग पे, पर मैं दूसरे जिहड़े मत वर्ग है, ये लड़ाई वीरो तुहाडी है। एसेंशियल कमोडिटी एक्ट नूं समझ के देखो, ये सब तो पहला मार तुहाडे ते पैणी है। ये लड़ाई नूं तुसीं चंगी तरह समझो, तां ही असीं इहनूं कामयाब होवांगे जित्तण दे विच। जे किसानां दे नाल नाल मजदूर मध वर्गी लोग वह साडे नाल मोढे दे नाल मोढा ला के खड़नगे। इन्नियां कु बेनतियां करदा मैं, खिमा दा जाचकां, धन्नवाद जी। पुलवामा दे शहीद अमर, पुलवामा दे शहीद अमर, संयुक्त मोर्चा दे शहीद अमर, भारतीय जनता पार्टी की सरकार मुर्दाबाद। मोदी मोया, मोदी मोया, मोदी मोया, इत्थे रखे मोदी ने बारे च चलो आ रहे ना रहे, पर मोदी एक जिहड़ी पोलिटिकल पार्टी का एक व्यक्ति आ, उसनू पिछे भी हटा दिता जाए। साडा गुस्सा भारतीय जनता पार्टी की जिहड़ी लोक विरोधी सोच आ उहदे खिलाफ निकलना चाहीदा, क्योंकि आ जिहड़ा मतलब असीं कह रहे हैं हरियाणे का, पर असल जो भारतीय जनता पार्टी का वो इस हिस्से का वो खेतीबाड़ी मंत्री आ, नीति उही आ, जिथे भी इन्हां दी सरकार दा जिहड़ा भी हिस्सा बैठा वा वो अपने उस प्लेटफार्म ते खड़ो के उस ढंग दी वो गल कह रहा वा। इस करके साडी लड़ाई विचारधारका ते उन्हां दे उस विचारां दे खिलाफ, जिहड़े हक ते सच ते पहरा देण वाले लोक आ उन्हां नाल उस विचारधारा नूं हराउण लई लगातार जिहड़ा अंदोलन चल रहा वा। उस अंदोलन दे विच वख-वख हिस्सों दे विचों भारत के अंदर लगातार अंदोलन अपना जिहड़ा वो जमा के बैठे आ। हुण मैं बेनती करूँगा दो मिनट लई, अज दे जिहड़ा स्टेज संचालन सीगा उहदे ते उसनू चला रहे सीगे बलजीत सिंह गरेवाल जी, उहनां नूं मैं बेनती करूँगा कि दो मिनट लई शरदा दे जिहड़े फुल आ शहीदां नूं भेंट करनगे। मेरे भारत के जुझारू किसान वीरों, भैनों ते माताओ, अज तुसी जिथे पुलवामा दे उन्हां शहीदां नूं याद कर रहे हो, उन्हां शहीदां दी याद दे विच मोमबत्तियां जगाईयां ने, ते उत्थे नाल ही ओ जिथे सरहदां दी राखी करदे शहीद हो रहे सी, अज आपदे हक्कां दी राखी करदिआं होइआं जो पिछले समय 230 उन्हां नूं भी मोमबत्तियां नाल अपनी श्रद्धा दे फुल पेंट कीते ने। मेरे किसान वीरों ते भैणों ते मताओ, ए मत भुल्लो कि ए जो बीजेपी दी सरकार आ, इहदियां जो नीतियां ने ओह नीतियां सारे ही देश दे वरखिलाफ ने, कल्ले कारपोरेट घराणियां नूं छड के। इत्थे अज तक इन्हां ने पुलवामा दे उन्हां साडे सैनिक शहीदां नूं जेड़े साडे ही परिवारां दे ने, क्योंकि अज तक गुजरात ने ना तां कदे पंजाब अपने हिंदुस्तान दे जदों आजादी की लड़ाई लड़ रहे सी ना तां उदों कोई योगदान पाया सी, ते ना उस तों बाद कदे भी सरहदां ते राखी करन वाले जो नौजवान ने
जो जवान भर्ती होंगे ने अज तक कदे भी इन्होंने मोदी कहने कदे उहदे च भी कोई हिस्सा नहीं पाया, इसलिए ये तो उन्होंने शहीद करके आप राज करते हैं। तो ये बेईमाना ने अज तक पुलवामा के उन्होंने शहीदों अज तक शहीदी का दर्जा नहीं दिता है सरकार, इन्नी बेईमान आ। असी ये तो यह किवें उम्मीद रख सकते हैं कि साढ़े 230 शहीदों ये शहीद कह देन, ये तो वह बेईमान ने जेड़े इन्हां गल्लां दा मजाक बनाउंदे ने। पर अज असी तुसी मोमबत्तियां जगा के उस हनेरे नूं चीरदे होए अगे जा रहे हो, ते इस हनेरे नूं चीरदे होए असी अगे जा के आपदे हक लैके इत्थों जावांगे। उन्नी देर तक असी इसे तरह डटे रहांगे, उन्हां शहीदां नूं भी असी यही अज इस तरीके नाल श्रद्धा दे फुल पेंट करदे हां। इन्नियां बेनतियां नाल धन्नवाद। पुलवामा दे शहीद अमर रहन, संयुक्त मोर्चा दे शहीद अमर रहन। अपने को चार मिनट होर बैठे हैं, मेरे वीर जिहड़े उठ के खड़ रहे उन्होंने बेनती है क्योंकि 8 बजे तक का अपना प्रोग्राम है, आप 8 बजे तक उन्होंने समाप्त करना। हुण साढ़े को शहीद भगत सिंह जी भाणजी भैन जी हरभजन कौर जी पहुँचे आ, वो 2 मिनट शहीदों अपने श्रद्धांजलि दे फुल भेंट करनगे। भैन जी हम क्योंकि साढ़े वह शहीद जिन्होंने भारत अंदर उस समय के अंग्रेज हुकूमत के खिलाफ लड़के जिन्हों का सूरज नहीं सी डुबदा, उन्हों का सबूर जोड़ा सूरज आ वह डुबो के भारत के लोगों ने उस हिस्से की आजादी लड़के लड़ी, उन्होंने परिवारक मैंबर अज उस लड़ाई के जिहड़ी भारत के अंदर भारतीय जनता पार्टी की सरकार लोगों के हक गुजर रही आदि खिलाफ दृढ़ता के नाल ताडे इस अंग संघ इस लड़ाई नूं होर अगे लैके जा रहे हैं। शहीदों की चिताओं पर लगेंगे हर वर्ष मेले, वतन पे मिटने वालों का बस इतना वही निशा होगा। आज जो असी कैंडल मार्च कढ़िया ए शहीदां नू याद करन दी लई कढ़िया, और सरकार नू ए दसन लई कढ़िया कि तुसी शहीदां दा किन्ना अपमान करदे हो। पुलवामा दे विच साडे पुत्तां नू साडे वीरां नू तुसी आप शहीद करदे हो, ते उन्हां नू शहीद दा दर्जा भी नहीं दिता। और इस किसान अंदोलन विच तां की इस किसान अंदोलन दे विच शहीद होए लोकां नू इस सरकारां तो की उम्मीद हो सकदी है कि उन्हां नू शहीद दा दर्जा देणगे। तुहानू इह भी दस दईए इह इन्नियां गिरियां होईयां सरकारां है, इन्हां ने अज तक शहीद भगत सिंह नू भी शहीद दा दर्जा नहीं दिता। सो आपां ने अपने शहीदां नू याद रखिया, अज भगत सिंह हर बंदे दे अंदर याद है। ये शहीद जो इस संयुक्त मोर्चे के अंदर शहीद हो रहे हैं वो साडे दिलों के विच है, लोग उन्होंने इज्जत देंदे आ, वही शहीद होंदे आ जो लोगों के मन च वसदे आ। सो आपू ऐसी सरकार मिली आ जिहदा मुकाबला असी बिना हथियारों तो करना, असी ये लड़ाई जितनी जितनी आ, साडे च शहीदां दा खून है, साडे पुरख साडे गुरु सारे शहीदी दे पुंज सी, सानू उन्होंने इस रस्ते ते चलाया, असी अपनी आजादी नू
आप रखांगे, असी हमेशा जागदे रहांगे, असी अपनी लड़ाई आप लड़ांगे ते आप जितांगे। मोदी वर्गियां सरकारां किते भी टिक नहीं सकणगियां साडे सामने जदों असी इकट्ठे होके लड़ांगे। सो मैं तुहाडे सारयां दा बहुत बहुत धन्नवाद करदी हां कि अज तुसी अपने शहीदां नूं श्रद्धांजलि देण लई सारे इत्थे इकट्ठे होए हो और उन्होंने उन्होंने प्रणाम कर दे नतमस्तक हो। इनकलाब इनकलाब जिमें असी पहला छोटे जे बच्चे नाल गल की सी तो उन्होंने बड़े वधिया विचार दिते अपने इस तरह साढ़े नाल होर बच्चे हैगे असी उन्होंने भी गलबात करते हैं। हाँ जी बेटा की नाम है तुहाडा? हरकिरण। किन्ने दिन तो तुसी इत्थे? जी जिवें आपां इत्थे पुलवामा दे विच शहीद होए जिहड़े अपने सैनिक सी ते तुहाडियां उमरां बहुत छोटियां छोटियां ने, सब तो पहला तो तुहाडा धन्नवाद जिहड़ा तुसी इत्थे आए हो। ठीक है, ओके। हाँ जी ते आपां साडे जिहड़े शहीद होए उन्हां दी याद दे विच अज आपां कैंडल मार्च कीता, तुसी वी इहदे विच आए हो, तुसी की कहना चाहोगे इहदे बारे जां फिर अपने होर की संदेश देना चाहोगे अपने उमर दे बच्चियां नूं जां फिर दूसरे जिहड़े आप तों वड्डे ने उहनां नूं? सानूं इत्थे आउणा चाहीदा वा, इह अपनी इज्जत लई इज्जत दा सवाद आ वा। आपां जे इह जित जांगे फिर ही आपां अगे वध सकांगे। आपदी जे जे किसान होऊगा फिर ही अगली अपनी जवानी आ सकदी। वेखो किन्ने सोहने विचार है बच्चियां दे। होर तुहाडे चो तुसी कुछ कहना चाहोगे? सानू असी अपने हक लैण वास्ते इत्थे आए हां, सानू वध तो सारयां नू इत्थे आउणा चाहीदा ते उहदी जित किसान नहीं तां भोजन नहीं। इस करके छोटे छोटे बच्चियां नू भी पता कि असी इत्थे हक लैण लई आए हां। हां जी बेटा तुसी कुछ कहना चाहोगे? संयुक्त किसान मोर्चे वालों तुहाडा बहुत धन्नवाद करदे आ, तुसी इत्थे आए हो छोटे छोटे बच्चे, तुहानू वेख के सगों सानू हौसला मिलदा है ना, ते अगे तुसी इह जरूर तुसी इह ध्यान रखना भी अगे भी किते भी हक दे लई जो लड़ाई होवे ते उहदे विच तुसी जदों तुहाडी उमर हो जाएगी अजे तुसी पढ़ो पढ़ाई करो, अगे बहुत अपने कोले ऑप्शन होंदियां ने, आपां अगे वधिया नौकरियां दे विच जाना है जां वधिया ओहदे उत्ते जाना है उस तों बाद, पर आपां की है खड़ना सच दे नाल। ठीक है जी, ओके जी, ओके। देखो मैनूं बहुत वधिया लगदा इदां छोटे छोटे बच्चियां नूं मिल के जां उहनां नाल गल्लां बातां करके अपने नालों उमरा चाहे चौथे हिस्से दियां ने पर इन्हां दे विचार इन्हां दियां भावनावां साडे नालों कितें ज़्यादा वड्डियां ने। दूसरा ये लोगों के मुँह के भी चपेड़ मारते जड़े कहें कि हाँ उत्थे खतरा है उत्थे सानू फलानी चीज़ का डर है जां फलानी चीज़ का डर है उत्थे आपनू हजे आपनू बार्डर सेफ नहीं है चाहे वह शिंगू होवे जां गाजीपुर होवे टिकरी होवे कई वारी साडे माँ प्यो अणजाणे दे विच क्योंकि सोशल मीडिया के उत्ते बहुत ही कई चीज़ों का कूड़ प्रचार होंदा कि उत्थे खतरे वध ने उत्थे इदां दे हालात इदां दे माड़े हालात आ ते ये उन्हां सारे सवालों के जवाब जदों बच्चे छोटे छोटे रात के समय के उत्ते कैंडल मार्च के हिस्से विच हिस्सा लेंदे ने ते सानू सारे सवालों के जवाब किते ना किते अपने आप ही मिल जाते हैं। बाकी जिहड़े पंजाब दे विच बैठे हुए आ जां साडे होर वख वख राज्यां दे विच बैठे हुए लोग आ उन्हां नू मैं बेनती करांगा कि जो फिजिकली इत्थे वध तो वध संगत पहुँच सकदे ओह पहुँचण दी कोशिश करे। बाकी हुण असीं ग्राउंड जीरो के उत्ते वध सरगर्म होने की कोशिश कर रहे हैं, आने वाले दिनों के कोई भी सवाल है अपना वो वट्सएप के उत्ते कर सकते हो जां फिर दूसरा की है सानू कमेंट कर सकते हो ते असी तुहानू जरूर तुहाडे सवालों के सारे जवाब देने की कोशिश करांगे। ध्यान में रखना है, वाहेगुरु जी का खालसा वाहेगुरु जी की फतेह। सत श्री अकाल।